ਹਾਂਜੀ ਸਵਾਗਤ ਹੈ ਜੀ ਸਾਰਿਆਂ ਦਾ ਭਾਗ 2 ਦੇ ਵਿੱਚ ਉਹ ਇਸ ਕਰਕੇ ਸੀ ਪਹਿਲੀ ਪਿਛਲੀ ਵੀਡੀਓ ਜਿਹੜੀ 7 ਮਿੰਟ ਦੀ ਬਣਾਈ ਸੀ ਕਿਉਂਕਿ ਰੰਜੀਤ ਬਾਵਾ ਦਾ ਗਾਣਾ ਤੇ ਇੱਕ ਹੀ ਹੁਣ ਜਿਹੜਾ ਆਇਆ ਹੋਵੇ ਤੇ ਕੰਜਰ ਕਿੰਨੇ ਨੇ ਵਲੋਗਰ ਇਸ ਕਰਕੇ ਇੱਕ ਵੀਡੀਓ ਦੇ ਵਿੱਚ ਸਾਰੇ ਕੰਜਰ ਫਿੱਟ ਨਹੀਂ ਸੀ ਹੁੰਦੇ ਇੱਕ ਗਾਣੇ ਦੇ ਵਿੱਚ ਸਾਰੇ ਕੰਜਰ ਫਿੱਟ ਨਹੀਂ ਸੀ ਹੁੰਦੇ ਹੋ ਵੀ ਜਾਂਦੇ ਸੀ ਪਰ ਉਹ ਖਿਚੜੀ ਜੀ ਭਲ ਜਾਂਦੀ ਸੀ ਫਿਰ ਸਮਝ ਨਹੀਂ ਸੀ ਆਣੀ ਕਿ ਕਿਤੇ ਤਵੇ ਲੱਗ ਰਿਹਾ ਕਿਹਦੇ ਤੇ ਨਹੀਂ ਗੱਲ ਕਿਹਦੀ ਉਹ ਗੱਲ ਹੋ ਰਹੀ ਇਸ ਕਰਕੇ ਮੈਂ ਸੋਚਿਆ ਮੈਂ ਕਿ ਦੋ ਭਾਗ ਬਣਾਈ ਚੜ ਇਹ ਦੂਸਰਾ ਭਾਗ ਹੈ ਜਿਹੜੇ ਕੰਜਰ ਵਲੋਗਰ ਰਹਿ ਗਏ ਸੀ ਉਹ ਇਸ ਵੀਡੀਓ ਦੇ ਵਿੱਚ ਉਹਨਾਂ ਕੰਜਰਾਂ ਨੂੰ ਫਿੱਟ ਕਰਦੇ ਆ ਤੇ ਬਾਕੀ ਕੁੱਤੇ ਖਾਣੇ ਵੀ ਇਸ ਵੀਡੀਓ ਚ ਕੁੱਤੇ ਖਾਣੇ ਵੀ ਹੋਵੇਗੀ ਪਰ ਪਹਿਲਾਂ ਜਿਹੜੇ ਬਾਵੇ ਦਾ ਗਾਣਾ ਆ ਉਹਦੇ ਸਰਲ ਅਰਥ ਕੱਢੀਏ ਸੁਣੋ ਹਣ ਤਤੀ ਤਵੀ ਤੇ ਜੋ ਕਰੀਜਾਂ ਦੇ ਜਾਪ ਸੀ ਕਿੰਨਾਂ ਦੀ ਗੱਲ ਹੋ ਰਹੀ ਗੁਰੂ ਅਰਜਨ ਦੇਵ ਜੀ ਦੀ ਗੱਲਬਾਤ ਹੋ ਰਹੀ ਇੱਥੇ ਉਹਨਾਂ ਦਾ ਪਿੱਛੇ ਜੇ ਜਿਹੜਾ ਵੀ ਪ੍ਰਕਾਸ਼ ਪੁਰਬ ਆਇਆ ਸੀ ਹਨਾ ਗੁਰਪੁਰਬ ਆਇਆ ਸੀ ਕਿਸੇ ਨੇ ਦੱਸਿਆ ਕਿਸੇ ਨੇ ਕਿਸੇ ਕੰਜਰ ਵਲੋਗਰ ਨੇ ਆ ਕੇ ਦੱਸਿਆ ਵੀ ਬੱਚਿਓ ਕਿਸੇ ਨੇ 2 ਮਿੰਟਾਂ ਬੜੀ ਜ਼ਿੰਦਗੀ ਚ ਕਿਸੇ ਵਲੋਗਰ ਨੇ ਕੱਟ ਕੇ ਦੱਸਿਆ ਵੀ ਅੱਜ ਸਾਡਾ ਜਿਹੜਾ ਵੀ ਸਿੱਖਾਂ ਦਾ ਦਿਨ ਵੇ ਇਹਦੇ ਚ ਕੀ ਮਹੱਤਵ ਹੈ ਗੁਰੂ ਅਰਜਨ ਦੇਵ ਜੀ ਦਾ ਕੌਣ ਤਤੀ ਤਵੀ ਤੇ ਬੈਠੇ ਸੀ ਕਿਸੇ ਨੇ ਦੱਸਿਆ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਵੇ ਉਹ ਗੁਰੂਪੁਰਬ ਲਾਂਕੇ ਗਿਆ ਪ੍ਰਕਾਸ਼ ਪੁਰਬ ਲਾਂਕ ਗਿਆ ਕਿਸੇ ਕੰਜਰ ਵਲੋਗਰ ਨੇ 2 ਮਿੰਟ ਵੀਡੀਓ ਬਣਾਈ ਏ ਇਹ ਕਹਿੰਦੇ ਨੇ ਸੀ ਦਿੱਲੀ ਦੀ ਲਾਈਫ ਦਿਖਾਣੇ ਆਪਣੀ ਇਹ ਕਹਿੰਦੇ ਨਹੀਂ ਹਰਾਮ ਦੇ ਵੀ ਅਸੀਂ ਦਿੱਲੀ ਦੀ ਜੋ ਕਰੀਦਾ ਉਹ ਦਿਖਾਣੇ ਆ ਇਹਦਾ ਮਤਲਬ ਤੁਹਾਡੀ ਜ਼ਿੰਦਗੀ ਦੇ ਵਿੱਚ ਗੁਰੂ ਜਿਹੜੇ ਨੇ ਤੁਸੀਂ ਭੁੱਲ ਗਏ ਹੋ ਗੁਰੂਆਂ ਨੂੰ ਤੁਸੀਂ ਯਾਦ ਨਹੀਂ ਕਰਦੇ ਇਹੀ ਨਾ ਤੁਹਾਡਾ ਪੀ ਗੋਲਗਪੇ ਖਾਲੇ ਸਾਲੇ ਜੂੜੇ ਦੇ ਦੱਸਦੇ ਲੋਕੀ ਕਮੈਂਟ ਕਰਦੇ ਨਾ ਵੀ ਤੁਸੀਂ ਆ ਦੀਦੀ ਨੇ ਜੂੜਾ ਕਿਤਾ ਕੀਤਾ ਇਹਦਾ ਟਿਊਟੋਰੀਅਲ ਪਤਾ ਨਹੀਂ ਸਾਲੇ ਕੀ ਕੀ ਨਾਂ ਲਈ ਫਿਰ ਦੇ ਟਿਊਟੋਰੀਅਲ ਦੱਸੋ ਵੀ ਜੂੜੇ ਦਾ ਟਿਊਟੋਰੀਅਲ ਆ ਜਾਂਦਾ ਜਿਆਦਾ ਅੱਜਕੱਲ ਜੂੜਾ ਮੇਰੀ ਦਿੱਲੀ ਦੀ ਮੇਕਅਪ ਰੁਟੀਨ ਲੱਗਦੀਆਂ ਤੁਸੀਂ ਫਿਰ ਵੀ ਸਾਲਿਓ ਭੂਤਨੀਆਂ ਤੇ ਦਿੱਲੀ ਦਾ ਮੇਕਅਪ ਰੁਟੀਨ ਇਦਾਂ ਦੇ ਇਹਨਾਂ ਦੇ ਹਾਲਾਤ ਨੇ ਉਹ ਕੰਜਰ ਜਿਹੜੇ ਆ ਮੰਗਤੇ ਹੋ ਰਹੇ ਨੇ ਚਾਰ ਚੈਨਲ ਐ ਚਾਰ ਚੈਨਲ ਸਾਲੇ ਇੱਕ ਚੈਨਲ ਤੇ ਜੇ ਤੁਸੀਂ ਆਪਣੇ ਗੁਰੂਆਂ ਦੀ ਵੀਡੀਓ ਬਣਾਣੀ ਸ਼ੁਰੂ ਕਰ ਦੋ ਹਰਾਮ ਦਿਓ ਕੀ ਤੁਹਾਡੀ ਕਮਾਈ ਘਟ ਚੱਲੀ ਮਾਫ ਕਰੇ ਜੇ ਮੈਂ ਵੀਡੀਓ ਕਹਿਣ ਲੱਗਾ ਇੱਕ ਕੰਜਰ ਵਲੌਗਰਾਂ ਨੂੰ ਜੇ ਤੁਹਾਡੀ ਆਣ ਵਾਲੀ ਨਸਲ ਵੇਖਦੀ ਰਹਿ ਗਈ ਨਾ ਸੁੱਤੇ ਰਹਿਣਾ ਅਹੀ ਤੇ ਸਾਡੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਪਿੱਛੇ ਜਿਹੜੇ 2-3 ਸਾਲ ਪਹਿਲਾਂ ਸਾਡੀ ਬੇਦ ਵੀ ਨਹੀਂ ਸੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਪੰਨੇ ਪਾੜੇ ਹੀ ਗਲੀਆਂ 'ਚ ਜੇ ਮੈਂ ਕਹਿੰਨਾ ਜੇ ਵਲੌਗਰਾਂ ਦੇ ਪਿੱਛੇ ਲੱਗ ਕੇ ਤੁਸੀਂ ਕਿਤੇ ਮੱਥਾ ਨਾ ਨਾ ਮਾਰਿਆ ਕਿਸੇ ਕਿਤਾਬ ਨਾਲ ਮੱਥਾ ਨਾ ਮਾਰਿਆ ਕੋਈ ਚੱਜ ਦੀ ਚੀਜ਼ ਨਾਲ ਵੇਖੀ ਜ ਇਹਨਾਂ 'ਚ ਉਲਝੇ ਰਹਿ ਗਏ ਜੇ ਇਹਨਾਂ ਨੂੰ ਕਮੈਂਟ ਕਰ ਕਰਕੇ ਇਹਨਾਂ ਦੇ ਜੋੜੇ ਦਾ ਚੂੜੇ ਦਾ ਪੁੱਛਦੇ ਰਹਿ ਗਏ ਇਹਨਾਂ ਦੇ ਇਹਨਾਂ ਨੂੰ ਕੋ ਅੱਜ ਪਲਾਝਾ ਪਾਓ ਦੀਦੀ ਨੂੰ ਕੋ ਆ ਮੇਕਅਪ ਕਿਟ ਦੱਸੇ ਦੀਦੀ ਨੂੰ ਕੋ ਆ ਬੈੱਡ ਦੇ ਵਿੱਚ ਕੀ ਦੀਦੀ ਨੂੰ ਕੋ ਆ ਬੈੱਡ ਸ਼ੀਟ ਕਿੱਥੋਂ ਲਈ ਦੀਦੀ ਨੂੰ ਕੋ ਆ ਸ਼ੂਟ ਕਿੱਥੋਂ ਲਿਆ ਸੀ ਜੇ ਇਹੀ ਗੱਲਾਂ ਕਿ ਤੁਸੀਂ ਉਲਝੇ ਰਹਿ ਗਏ ਨਾ ਮਾਫ ਕਰਿਓ ਆਉਣ ਵਾਲੀ ਜਨਰੇਸ਼ਨ ਜੇ ਕਿਸੇ ਨੇ ਰੱਬ ਨਾ ਕਰੇ ਸਾਡੇ ਫੇਰ ਦੁਬਾਰਾ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜ ਕੇ ਗਲੀਆਂ 'ਚ ਸਟੇ ਨਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਵੀ ਨਹੀਂ ਪਤਾ ਲੱਗਣਾ ਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਨੇ ਕਿਸੇ ਨੇ ਕਿਹਾ ਰੱਦੀ ਕਾਗਜ਼ ਨੇ ਪੇ ਮਾਫ ਕਰਿਓ ਡਰ ਕੇ ਕਹਿਣਾ ਪਿਆ ਵਾ ਪਰ ਇਹ ਹਕੀਕਤ ਹੈ ਆਉਣ ਵਾਲੇ ਪੰਜਾਬ ਦਾ ਭਵਿੱਖ ਇਹ ਹੀ ਹੋਣਾ ਹੈ ਛੇਤਰ ਤੁਸੀਂ ਖਾਂਦੇ ਆਇਓ ਤੇ ਖਾਂਦੇ ਰਹਿਣਾ ਐਨਾ ਪੰਜਾਬ ਸੀ ਤੇ ਇੰਨਾ ਕੁ ਰਹਿ ਗਿਆ ਵੇ ਤੇ ਉਹ ਵੀ ਆ ਗਾਇਕ ਜਿਹੜੇ ਬਣਾਉਂਦੇ ਰੇ ਅੱਜਕੱਲ ਮੈਂ ਵੀ ਸੁਣਦਾ ਸਾਰਿਆਂ ਨੂੰ ਮੈਂ ਵੀ ਤੁਹਾਡੇ ਵਰਗਾ ਇੱਕਸੂਰ ਵਾਰ ਮੈਂ ਵੀ ਹਾਂ ਵੀ ਮਾਜੇ ਦੇ ਅਸੀਂ ਮਾਲਵੇ ਦੇ ਆ ਉਹ ਸਾਲਿਓ ਹੁਣ ਤੁਸੀਂ ਮਾਜੇ ਮਾਲਵੇ ਦੇ ਪਿੱਛੇ ਪੈ ਗਏ ਹੋ ਵੀ ਐਸੀ ਮਾਜੇ ਦੇ ਆ ਕੋਈ ਕਹਿੰਦਾ ਮੈਂ ਮਾਲਵੇ ਦਾ ਕੋਈ ਕਹਿੰਦਾ ਅਸੀਂ ਇੱਥੇ ਦੇ ਅਸੀਂ ਇੱਥੇ ਦੇ ਆ ਕਿਉਂ ਨਹੀਂ ਤੁਸੀਂ ਕਹਿੰਦੇ ਅਸੀਂ ਪੰਜਾਬ ਦੇ ਆ ਮਰ ਜੇ ਦੇ ਹਿਮਾਲਵੇ ਦੇ ਆ ਇੰਨਾ ਚੀ ਤੁਸੀਂ ਵੰਡ ਕੇ ਕੱਲ ਇਹਨਾਂ ਦੇ ਪਿੱਛੇ ਲੜਾਈ ਕਰਦੇ ਸਾਨੂੰ ਮੱਝ ਜੇ ਨੂੰ ਵਕਤ ਚਾਹੀਦਾ ਅਸੀਂ ਦਬਾਬਿਆਂ ਦੇ ਵਕ ਹੋਣਾ ਇੰਨਾ ਚੀ ਤੁਸੀਂ ਉਲਝੇ ਰਹਿਣਾ ਬੇ ਅਗਲੀ ਗੱਲ ਫੇਰ ਸੁਣਿਓ ਉਹਦੇ ਨੇ ਵਿਆਹ ਕਰਾ ਲਿਆ ਹਨਾ ਵੀ ਜਿਹੜਾ ਜਿੰਨੂੰ ਅਸੀਂ ਵੇਖਦੇ ਆ ਡੇਲੀ ਉਹ ਸਾਡਾ ਆਈਡਲ ਹੁੰਦਾ ਕੀ ਹੁੰਦਾ ਸਾਡਾ ਆਈਡਲ ਅਦਰੇ ਚ ਗੁਰੂ ਹੁੰਦਾ ਅਜੀ ਉਹਦੇ ਫੈਨ ਨਾਮ ਸਬਸਕ੍ਰਾਈਬਰ ਫੈਨ ਆ ਅਸੀਂ ਚੇਲੇ ਆ ਉਹਨਾਂ ਦੇ ਹਨਾ ਇਦਾਂ ਹੁੰਦਾ ਨਾ ਹੁਣ ਮੰਗਤੇ ਨੇ ਮੇਰੇ ਖਿਲਾਫ ਵੀਡੀਓ ਬਣਾਈ ਸੀ ਮੰਗਤਾ ਕਹਿੰਦਾ ਸੀ ਕਿ ਇਹਨੇ ਪਿੰਡ ਦੀ ਕੁੜੀ ਨਾਲ ਵਿਆਹ ਕਰਾਇਆ ਜੇ ਮੰਗਤਾ ਸਾਬਤ ਕਰ ਦੇਣਾ ਮੈਂ ਆਪਣੀ ਪਿੰਡ ਦੀ ਕੁੜੀ ਨਾਲ ਵਿਆਹ ਕਰਾਇਆ ਮੇਰੀ ਧੋਣ ਮੰਗਤੇ ਦੇ ਪੈਰਾਂ 'ਚ ਹੋਏਗੀ ਜੇ ਮੈਂ ਆਪਣੀ ਪਿੰਡ ਦੀ ਕੁੜੀ ਨਾਲ ਵਿਆਹ ਕਰਾਇਆ ਹੋਏਗਾ ਪਰ ਮੰਗਤਿਆ ਤੂੰ ਸਾਲਿਆ ਆਪਣੀ ਫੈਮਲੀ ਨਾਲ ਹੀ ਵਿਆਹ ਕਰਾ ਲਿਆ ਸਭ ਕੁਝ ਕਿਹਾ ਬੰਨਾਂ ਤੂੰ ਕਹਿਣਾ ਹੁੰਦਾ ਨਾ ਫੈਮਲੀ 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 ਤੁਸੀਂ ਸਾਡੀ ਫੈਮਲੀ ਉਹ ਤੁਸੀਂ ਸਾਡੀ ਫੈਮਲੀ ਤੇ ਜਬਲੋ ਤੇਰੀ ਕੀ ਸੀ ਸਬਸਕ੍ਰਾਈਬਰ ਨਹੀਂ ਸੀ ਐਸੀ ਨਾ ਹੁਣ ਤੂੰ ਆਪਣੀ ਫੈਮਲੀ ਚ ਹੀ ਸਾਲਿਆ ਵਿਆਹ ਕਰਾ ਲਿਆ ਨਾ ਤੇਰੀ ਭੈਣ ਨੂੰ ਤੇਰੀ ਨੂੰ ਤੇਰੀਆਂ ਮਾਂ ਆਂਦਰਾ ਕੱਢਾ ਭੈਣ ਚ ਤਾਂ ਆਂਦਰਾ ਕੱਢਾ ਤੇਰੀਆਂ ਸਾਲਿਆ ਆਹ ਲੈ ਮੰਗਤਿਆ ਦੀ ਆਂਦਰਾ ਕੱਢ ਛੱਡੀਆਂ ਭੈਣ ਚ ਤਾਂ ਮੰਗਤਿਆ ਸਾਲਿਆ ਆਪਣੀ ਫੈਮਲੀ ਚ ਹੀ ਸਾਲਿਆ ਹੁਣ ਤੇਰੀ ਜਬਲੋ ਭੈਣ ਹੀ ਹੋਈ ਨਾ ਭੈਣ ਨਾਲ ਹੀ ਵਿਆਹ ਕਰਾ ਲਿਆ ਸਾਲਿਆ ਡੁੱਬ ਕੇ ਮਰ ਜਾ ਜਬਕੇ ਮਰ ਜਾ ਗਿਆ ਨਹੀਂ ਆ ਜਿਹੜਾ ਤੂੰ 2 ਮਿੰਟ ਨਹੀਂ ਤੇਰੇ ਕੋਲ ਤੂੰ ਸ਼੍ਰੀ ਸਾਹਿਬ ਪਾਇਆ ਢੋਂਗ ਕਰਦੇ ਹੋ ਤੁਹਾਡੇ ਢੋਂਗ ਦੇ ਪਰਦੇ ਫਾਸ਼ ਹੋਏ ਨੇ ਹੁਣ ਚਲੋ ਵਧੀਆ ਗੱਲ ਹੈ ਮੈਂ ਕਹਿੰਦਾ ਉਸ ਗੱਲ ਤੇ ਤਾੜੀ ਮਾਰਨੀ ਚਾਹੀਦੀ ਹੈ ਕਿ ਜੇ ਇਹਨਾਂ ਨੇ ਢੋਂਗ ਛੱਡ ਤਾ ਜਿਨ੍ਹਾਂ ਨੇ ਕਹਿਤਾ ਕਿ ਨਹੀਂ ਅੱਥੀ ਅੱਜ ਤੋਂ ਬਾਅਦ ਜਿਹੜਾ ਨੋਰਮਲ ਭਾਂਡੇ 'ਚ ਰੋਟੀ ਖਾਵਾਂਗੇ ਵਧੀਆ ਗੱਲ ਹੈ ਗੱਲ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਇਸ ਕਰਕੇ ਮੈਂ ਤਾੜੀਆਂ ਮਾਰੀਆਂ ਨੇ ਪਰ ਜਦੋਂ ਤੂੰ ਬੜੇ ਸ਼ੌਂਕ ਨਾਲ ਵੀਡੀਓ ਬਣਾਈ ਸੀ ਇੱਕ ਵੀਡੀਓ ਪੂਰੀ ਨੇ ਬਣਾਈ ਸੀ ਕਿ ਮੈਂ ਆਪਣੀ ਮਾਂ ਦੇ ਹੱਥ ਦੀ ਰੋਟੀ ਕਿਉਂ ਨਹੀਂ ਖਾਂਦਾ ਪੂਰੀ ਵੀਡੀਓ 'ਚ ਦਰਸਾਈ ਵੀਡੀਓ ਬਣਾ ਕੇ ਕਿ ਮੈਂ ਕਿਉਂ ਨਹੀਂ ਸਿੱਖ ਖਾਂਦਾ ਤੇ ਕਿਉਂ ਖਾਣੀ ਸ਼ੁਰੂ ਕਰਤੀ ਐਜੇ ਤੇ ਵੀ ਵੀਡੀਓ ਬਣਾ ਆ ساری ਉਮਰ ਢੋਂਗੀ ਕਰਦੇ ਰਹਿਣਾ ਉਹ ਮੁਸ਼ਕ ਗਈ ਕਿ ਉਦਨ ਗन्ने ਦਾ ਰਸ ਪੀਣ ਕਿਸੇ ਦੇ ਘਰ ਤੇ ਉਹਨੇ ਵੀ ਫੜਿਆ ਸੀ ਗਲਾਸ ਨਾ ਪੀਂਦੀ ਵੀ ਸੀ ਤੇ ਜਦੂ ਵੇਖਿਆ ਕੈਮਰਾ ਮੇਰੇ ਵਾਲੇ ਤੇ ਸਾਈਡ ਤੇ ਰਹਿਤਾ ਵੀ ਕਿੰਨੇ ਚਿਰ ਢੋਂਗ ਕਰਦੇ ਰਹਿਗਾ ਮੁਸ਼ਕ ਤੂੰ ਵੀ ਮੁੜ ਜਾ ਹਣ ਤੂੰ ਵੀ ਮੁੜ ਇਦਾਂ ਦੇ ਗਲਤ ਕੰਮ ਨਾ ਸਾਡੀ ਜਨਰੇਸ਼ਨ ਨੂੰ ਸਿਖਾਓ ਕਿ ਅਸੀਂ ਮਾਂ ਦੇ ਹੱਥਾਂ ਦੀਆਂ ਰੋਟੀਆਂ ਵੀ ਨਹੀਂ ਖਾਂਦੇ ਅੱਗੇ ਗੱਲ ਸੁਣੋ ਹਣ ਤੱਕ ਆ ਬੋਲਣਾ ਆ ਮੰਗਦੇ ਨੇ ਗੱਲ ਇਹ ਪੂਰੀ ਫਿੱਟ ਹੁੰਦੀ ਹੁਣ ਮੰਗਤਾ ਜਦੋਂ ਦੇ ਬੱਚਾ ਬਿਮਾਰ ਹੋ ਰਿਹਾ ਸੀ ਇਹਨੇ ਵੀਡੀਓ ਬਣਾਈ ਸੀ 12 ਐਡਾ ਲਾਈਆਂ ਸੀ ਵੀਡੀਓ ਬਣਾਉਂਦਾ ਸੀ ਤੇ ਕਹਿੰਦਾ ਸੀ ਕਿ 911 ਨੂੰ ਕਾਲ ਕਰਨੀ ਪਈ ਮੇਰਾ ਬੱਚਾ ਬਿਮਾਰ ਹੋ ਗਿਆ ਆ ਗਾਣਾ ਸਾਲਿਆ ਤੇਰੇ ਤੇ ਜਦੋਂ ਬੱਚਾ ਬਿਮਾਰ ਹੁੰਦਾ ਨਾ ਕਹਿੰਦਾ ਧੀ ਪੁੱਤਰੀ ਜਿਗਰ ਦਾ ਟੁਕੜਾ ਹੋ ਜਾਏ ਫਿਰ ਸਾਲਿਆ ਮੋਬਾਈਲ ਕੈਮਰੇ ਕੁਮਰੇ ਨਹੀਂ ਸੁਝਦੇ ਜਦੋਂ ਐਂਬੂਲੈਂਸ ਨੂੰ ਫੋਨ ਕਰਨਾ ਪੈਂਦਾ ਫਿਰ ਤੇ ਹੁੰਦਾ ਵੀ ਐਂਬੂਲੈਂਸ ਕਿਹੜੇ ਟਾਈਮ ਤੇ ਆਵੇ ਤੇ ਹਸਪਤਾਲ ਲੈ ਕੇ ਜਾਵੇ ਤੇ ਤੂੰ ਹੀ ਸਾਲਿਓ ਤੁਸੀਂ ਫਿਲਮਾਂ ਵੀ ਬਣਾਉਂਦੇ ਹੋ ਸ਼ੂਟ ਵੀ ਕਰਦੇ ਹੋ ਤੇ ਉਹਨੂੰ ਮੁੜ ਕੇ ਨੱਟ ਤੇ ਵੀ ਪਾਉਂਦੇ ਹੋ ਤੇ ਫਿਰ ਉੱਤੇ 12-12 ਐਡਾ ਵੀ ਲਾਉਂਦੇ ਹੋ ਐਡਾ ਢੋਂਗ ਕਰਦੇ ਹੋ ਸਿਰਫ ਕੀ ਕਮਾਈ ਕਰਨ ਵਾਸਤੇ ਹਰਾ ਹਰਾਮ ਜਹਾਦਿਆ ਕੁੱਤਿਆ ਦੱਲਿਆ ਮਰ ਜਾਓ ਤੁਸੀਂ ਸਾੜਿਓ ਐ ਐ ਸਾਰਾ ਟੱਬਰ ਇੱਥੇ ਬੈਠੇ ਨਾ ਵੱਡੀ ਨਹਿਰ ਚ ਮਰ ਕੇ ਬਿਟੇ ਹੁਣ ਇਹਨਾਂ ਨੇ ਕਿਹਾ ਕਿ ਸੱਚੀ ਨਾਲ ਮਰਨ ਚੱਲ ਜਾਓ ਅਕਲ ਦੀ ਗੱਲ ਏ ਇਹ ਇਹਨੂੰ ਇਹ ਨਹੀਂ ਕਹਿੰਦਾ ਵੀ ਸੱਚੀ ਮਰਨ ਚੱਲ ਜਾਓ ਮੈਂ ਨਹੀਂ ਕਹਿੰਦਾ ਪਿਆ ਪੀ ਤੁ ਸੱਚੀ ਖੁਦਕੁਸ਼ੀ ਕਰ ਲਓ ਇਹਦਾ ਮਤਲਬ ਹੁੰਦਾ ਵੀ ਸਿੱਖੋ ਜਿਹੜੀ ਤੁਹਾਨੂੰ ਗੱਲਾਂ ਕਰ ਰਹੇ ਜੋ ਸਿੱਖੋ ਫਿਰ ਇਹਨੇ ਕਹਿਣਾ ਵੀ ਮੈਨੂੰ ਕਹਿੰਦਾ ਸੀ ਮਾਰ ਦਾਂਗਾ ਮੈਂ ਕਰ ਦਾਂਗਾ ਮੈਂ ਕੋਡ ਮਾਰਨ ਨੂੰ ਨਾ ਉਸ ਰੱਬ ਦੇ ਹੱਥ ਵਾਸਤੇ ਮਾਰਨਾ ਮਰਨਾ ਮਰਨਾ ਆ ਟਿਕਟੋਕ ਵਾਲਿਆਂ ਵਾਸਤੇ ਇਹ ਗੱਲ ਸੁਣਿਓ ਓ ਬਾਵਾ ਸਾਹਿਬ ਇਹਨਾਂ ਨੂੰ ਜੱਸਾ ਆਲੂ ਵਾਲੀ ਕਿੱਥੋਂ ਯਾਦ ਹੋਣਾ ਇਹਨਾਂ ਨੂੰ ਤੇ ਉਹ ਜੱਸਾ ਯਾਦ ਜੱਸੇ ਆ ਗਲਾਬ ਵੀ ਕਿਉਂ ਨਹੀਂ ਫੜਾਂਦਾ ਜੱਸਿਆ ਗਲਾਬ ਬਸ ਇਹਨਾਂ ਕੋਲ ਟਿਕਟੋਕ ਤੇ ਵੀਡੀਓ ਬਣਾ ਦੋ ਐਸੇ ਜਿਹੜਾ ਮਰਜੀ ਏ ਹੁਣ ਇਹ ਨਾ ਕਿਉਂ ਵੀ ਉਹ ਵੀ ਬਣਾਉਂਦਾ ਫਲਾਣਾ ਵੀ ਬਣਾਉਂਦਾ ਤੇਰਾ ਵੀ ਬਣਾਉਂਦਾ ਸਾਰਿਆਂ ਦੀ ਗੱਲ ਹੋ ਰਹੀ ਏ ਸਾਰਿਆਂ ਦੀ ਗੱਲ ਹੁੰਦੀ ਇੱਥੇ ਕਹੇ ਨੂੰ ਬੰਦਾਂ ਨੇ ਮੈਨੂੰ ਵੀ ਬਖਸ਼ਦਾ ਵੀ ਇਦਾਂ ਦੀ ਗੱਲ ਹੋ ਰਹੀ ਸਾਰਿਆਂ ਦੀ ਗੱਲ ਹੋ ਰਹੀ ਵੀ ਜਿਹੜਾ ਵੀ ਟਿਕਟੋਕ ਤੇ ਵੀਡੀਓ ਬਣਾਉਂਦਾ ਉਨੂੰ ਅੱਜ ਕੱਲ ਜੱਸੇ ਆਲੂ ਵਾਲੀ ਦੇ ਨਹੀਂ ਪਤਾ ਪਰ ਜੱਸਾ ਜਿਹੜਾ ਗਲਾਬ ਫੜਾਂਦਾ ਉਹਨਾਂ ਸਰ ਇਹ ਹਰਾਮ ਦੇ ਨਾ ਇਹਨਾਂ ਦੀ ਮੈਂ ਭੈਣ ਨੂੰ ਮੈਨੂੰ ਕੋਈ ਚੱਜ ਦੀ ਚੀਜ਼ ਫੜਾਉਂ ਇਹਦੇ ਮੈਂ ਚਿੱਤੜਾ ਦੇ ਨਾ ਜਿਹੜੀ ਮੈਂ ਚਿੱਤੜਾ ਦੇ ਨਾ ਜਿਹੜੇ ਮੈਂ ਛਿੱਤਰ ਫੇਰਾ ਨਾ ਤੇ 14 ਹਰਾਮ ਹੁਣ ਅਗਲੀ ਗੱਲ ਸੁਣੋ ਥਾਂ ਥਾਂ ਤੋਂ ਪਾਟੀ ਚੁੰਨੀ ਮਾਂ ਬੋਲੀ ਦੀ ਗੋਣ ਵਾਲਾ ਇਸੇ ਟੁੱਟ ਦੇਂਡ ਦੱਸਦਾ ਥਾਂ ਥਾਂ ਤੋਂ ਪਾਟੀ ਚੁੰਨੀ ਮਾਂ ਬੋਲੀ ਥਾਂ ਥਾਂ ਤੋਂ ਪਾਟੀ ਚੁੰਨੀ ਮਾਂ ਬੋਲੀ ਦੀ ਗੋਣ ਵਾਲਾ ਇਸ ਨੂੰ ਟ੍ਰੈਂਡ ਦੱਸਦਾ ਵੀ ਗਾਣਾ ਬਣਾਉਂਦੇ ਨੇ ਉਹਦੇ ਚ ਕਈ ਲਫ਼ਜ਼ ਜਿਹੜੇ ਹੁੰਦੇ ਨੇ ਅੰਗਰੇਜ਼ੀ ਦੇ ਕੋਈ ਲਫ਼ਜ਼ ਕਿਤੋਂ ਫੜ ਲੈਂਦੇ ਨੇ ਕੁਛ ਲਫ਼ਜ਼ ਕਿਤੋਂ ਫੜ ਲੈਂਦੇ ਨੇ ਤੇ ਉਹਨੂੰ ਜੋੜ ਕੇ ਕੀ ਬਣਾਉਂਦੇ ਨੇ ਗਾਣਾ ਤੇ ਮਾਂ ਬੋਲੀ ਦੀ ਕਰਦੇ ਨੇ ਐਸੀ ਕੀ ਤੈਸੀ ਇਹੀ ਹਾਲ ਜਿਹੜਾ ਵੇ ਵਲੋਗਰਾਂ ਦਾ ਵੇ ਭੀ ਜਦੋਂ ਇਹਨਾਂ ਦੀ ਕੁੱਤੇਖਾਣੀ ਦੀ ਕੋਈ ਬੰਦਾ ਇਹਨਾਂ ਦੇ ਬਾਰੇ ਬੋਲਦਾ ਨਾ ਤੇ ਫਿਰ ਕਹਿੰਦੇ ਨੇ ਸਾਡੀ ਚੜ੍ਹਾਈ ਹੋ ਗਈ ਭੀ ਜਿੱਦੀ ਕੁੱਤੇਖਾਣੀ ਹੋਣ ਲੱਗ ਪਈ ਇਹਦਾ ਮਤਲਬ ਵੀ ਉਹਦੀ ਚੜ੍ਹਾਈ ਚੜ੍ਹਾਈ ਹੋ ਗਈ ਇਹ ਸਾਲੇ ਇਹਨਾਂ ਦਾ ਇਹੀ ਫੰਡਾ ਭੀ ਜਦੋਂ ਸਮਝ ਲੋ ਤੁਹਾਡੀ ਕੋ ਬਦਨਾਮੀ ਕਰਨ ਲੱਗ ਪਈ ਇਹਦਾ ਮਤਲਬ ਤੁਹਾਡੀ ਚੜ੍ਹਾਈ ਹੋ ਗਈ ਹੈ ਉਹ ਸਾਲਿਓ ਭੀ ਜਦੋਂ ਕੰਜਰੀ ਕੋਈ ਬੜੀ ਫੇਮਸ ਹੁੰਦੀ ਨਾ ਇਲਾਕੇ ਦੇ ਵਿੱਚ ਫਿਰ ਲੋਕੀ ਗੱਲਾਂ ਕਰਦੇ ਹੁੰਦੇ ਨੇ ਕੰਜਰੀ ਦੀਆਂ ਵੀ ਉਹਨੂੰ ਅੱਧੀ ਰਾਤ ਨੂੰ ਵੀ ਫੋਨ ਲਾਉਣਾ ਤੇ ਕੰਜਰੀ ਆ ਜਾਂਦੀ ਏ ਇਹਦਾ ਮਤਲਬ ਵੀ ਉਹ ਕੰਜਰੀ ਦੀ ਵੀ ਬੜੀ ਚੜ੍ਹਾਈ ਹੋ ਗਈ ਹੈ ਹਾਂ ਹਰਾਮਜਾਦਿਓ ਤੁਸੀਂ ਕੰਜਰ ਹੋ ਤਾਂ ਹੀ ਤੁਹਾਨੂੰ ਮੈਂ ਕੰਜਰੀ ਦੇ ਨਾਲ ਕੰਪੇਅਰ ਕਰਦਾ ਕਿਉਂਕਿ ਤੁਸੀਂ ਕੰਜਰ ਹੋ ਤੇ ਕੰਜਰ ਹੀ ਰਹਿਣਾਵੇਂ ਫਿਰ ਇੱਕ ਗੱਲ ਕੀਤੀ ਨਹੀਂ ਸੀ ਪਿੱਛੇ ਜੇ ਉਹ ਪਿਛਲੇ ਵੀਡੀਓ 'ਚ ਇੱਕ ਮਿੰਟ ਤੋਂ ਲੱਗਾ ਆਹੀ ਇਹ ਕੋਈ ਹੋਰ ਬੰਦੇ ਦੀ ਮੈਂ ਗੱਲ ਸੁਣੀ ਹੈ ਗੁਰੂ ਨਹੀਂ ਚੇਲੀ ਨੂੰ ਵਿਆਹ ਲਿਆ ਗੁਰੂ ਨਹੀਂ ਚੇਲੀ ਨੂੰ ਵਿਆਹ ਲਿਆ ਇਹ ਗੱਲ ਇਹ ਕੋਲ ਵਲੌਗਰ ਤੇ ਟੁੱਕਦੀ ਉਹ ਕਿਹੜੇ ਵਲੌਗਰ ਤੇ ਟੁੱਕਦੀ ਹੈ ਖੁਸਰੀ ਪੰਜਾਬਣ ਤੇ ਖੁਸਰੀ ਪੰਜਾਬਣ ਤੇ ਉਹਦਾ ਜਿਹੜਾ ਘਰ ਵਾਲਾ ਸੀ ਨਾ ਉਹ ਮਾਸਟਰ ਸੀ ਤੇ ਇਹ ਇਹ ਉਹਦੇ ਕੋਲ ਪੜਦੀ ਹੁੰਦੀ ਸੀ ਇਹ ਹਾਲ ਹੈ ਖੁਸਰੀ ਪੰਜਾਬਣ ਦਾ ਇਹ ਹਾਲ ਹੈ ਵੀ ਅੱਜ ਇੱਕ ਗੁਰੂ ਹੀ ਜਿਹੜਾ ਵੇ ਉਹ ਮਾਸਟਰ ਹੋਏਗਾ ਉਹਦਾ ਤੇ ਉਹ ਚੇਲੀ ਹੋਏਗੀ ਉਹ ਤੇ ਟਰਾਈਆਂ ਮਾਰਦੇ ਸੀ ਓਏ ਹੁਣ ਜੇ ਲਵ ਸਟਰੀ ਸਰਾਉਂਦੇ ਨੇ ਵੀ ਇਹ ਸਾਡੇ ਇਹ ਮੈਨੂੰ ਪੜਾਉਂਦਾ ਸੀ ਜਾਂ ਮੈਂ ਇੱਥੇ ਜਾਂਦੀ ਸੀ ਪੜ੍ਹਨੇ ਮੇਰਾ ਮਤਲਬ ਕਿ ਮਾਪ ਜਿਹੜੀਆਂ ਜਿਹੜੀਆਂ ਕੁੜੀਆਂ ਚੰਗੀਆਂ ਨੇ ਉਹਨਾਂ ਦੇ ਮਾਪੇ ਉਹ ਚ ਦਿਲਾਂ ਦੀ ਡਰ ਭੈਰ ਜਾਂਦਾ ਜਦੋਂ ਇਹ ਕੰਜਰਾਂ ਦੀਆਂ ਹਰਕਤਾਂ ਸੁਣ ਸੁਣ ਕੇ ਫਿਰ ਚੰਗੀ ਭਲੀ ਕੁੜੀ ਦੀ ਜਿਹੜੀ ਹੁੰਦੀ ਨਾ ਉਹਦੇ ਤੇ ਵੀ ਮਾਪੇ ਸ਼ੱਕ ਕਰਦਾ ਹੈ ਕਿ ਕਿਤੇ ਸਾਡੀ ਕੁੜੀ ਤੇ ਨਹੀਂ ਇਦਾਂ ਕਰਦੀ ਫਿਰ ਜਿਹੜੀ ਚੰਗੀ ਕੁੜੀ ਪੜ੍ਹਨਾ ਵੀ ਚਾਹੁੰਦੀ ਨਾ ਉਹਨਾਂ ਦੇ ਮਾਪੇ ਬਾਪ ਉਹਨੂੰ ਰੋਕਦੇ ਨੇ ਵੀ ਨਾ ਤੀਏ ਤੂੰ ਨਹੀਂ ਪੜ੍ਹਨਾ ਕਿਉਂਕਿ ਉਹਨੂੰ ਡਰ ਹੁੰਦਾ ਕਿਤੇ ਇਹ ਵੀ ਨਾ ਗਲਤ ਕੰਮ ਕਰੇ ਇਸ ਕਰਕੇ ਉਹ ਕੰਜਰੋ ਉਹ ਕੰਜਰੋ ਮੁੜ ਜੋ ਆਪਣੀਆਂ ਗੰਦੀਆਂ ਰਕਤਾਂ ਤੂੰ ਕੋਈ ਚੰਗਾ ਕੰਟੈਂਟ ਲੈ ਕੇ ਆਓ ਕਿਸੇ ਨੂੰ ਚੰਗੀ ਮਾਤਾਂ ਦੀ ਗੱਲ ਦੱਸੋ ਮੈਂ ਨਹੀਂ ਕਹਿੰਦਾ ਵੀ ਹਰ ਵੀਡੀਓ ਚ ਚੰਗੀ ਮਾਤਾਂ ਨਹੀਂ ਦਿੱਤੀ ਜਾ ਸਕਦੀ ਕਿਸੇ ਨੂੰ ਕੋਈ ਐਂਟਰਟੇਨਮੈਂਟ ਵੀ ਹੁੰਦਾ ਕੋਈ ਕਮੇਡੀ ਹੁੰਦੀ ਬਿਲਕੁਲ ਹੁੰਦੀ ਹੈ ਪਰ ਆਪਣੀ ਪਰਸਨਲ ਲਾਈਫ ਸ਼ੋਅ ਕਰਨਾ ਇਹ ਸਭ ਤੋਂ ਵੱਡਾ ਜਿਹੜਾ ਨਾ ਗੁਨਾਹ ਹੋਵੇ ਆਪਣੀ ਪਰਸਨਲ ਲਾਈਫ ਫਿਰ ਕਈ ਗੰਦੇ ਬੰਦੇ ਆ ਕੇ ਕਮੈਂਟ ਕਰਦੇ ਤੁਸੀਂ ਕੋਣ ਹੁੰਦੇ ਕਿਸੇ ਦੀ ਪਰਸਨਲ ਲਾਈਫ ਤੇ ਕਮੈਂਟ ਕਰਨ ਵਾਲੇ ਉਹ ਸਾਲਿਓ ਜਦੋਂ YouTube ਤੇ ਵੀਡੀਓ ਜਦੋਂ YouTube ਤੇ ਵੀਡੀਓ ਪਾਉਣਾ ਉਹਦੇ ਚ ਤਿੰਨ ਆਪਸ਼ਨ ਹੁੰਦੇ ਨੇ ਤਿੰਨ ਆਪਸ਼ਨ ਇੱਕ ਤੇ ਹੁੰਦਾ ਵੀ ਪਬਲਿਕ ਤੁਸੀਂ ਕਰਨੀ ਵੀਡੀਓ ਕਰੋ ਇੱਕ ਹੁੰਦਾ ਅਨਲਿਸਟਡ ਇੱਕ ਹੁੰਦਾ ਪ੍ਰਾਈਵੇਟ ਦਾ ਪ੍ਰਾਈਵੇਟ ਕਰ ਸਕਦੇ ਨੇ ਭਰਾ ਮੇਰੇ ਜਦੋਂ ਪਬਲਿਕ ਤੇ ਕਰਕੇ ਪਬਲਿਕ ਕਰ ਦਿੰਦੇ ਨੇ ਨਾ ਫਿਰ ਇਹਨਾਂ ਦੀ ਲਾਈਫ ਪ੍ਰਾਈਵੇਟ ਨਹੀਂ ਰਹਿੰਦੀ ਫਿਰ ਪਬਲਿਕ ਹੁੰਦੀ ਏ ਇਹ ਸਮਝੋ ਅਨਪੜੋ ਤੁਸੀਂ ਮੋਦੀ ਦੇ ਭਗਤਾਂ ਨਾਲੋਂ ਗੰਦੇ ਭਗੜ ਤੋਂ ਜੀ ਤੁਰ ਖਾਨੇ ਦਿਮਾਗ ਗੱਲ ਨਹੀਂ ਪੈਂਦੀ ਨਾ ਪਵੇ ਸਾਡਾ ਕੋਈ ਚੱਕਰ ਨਹੀਂ ਮੇਰੇ ਵੀ ਪੈਸੇ ਬਣੀ ਜਾਂਦੇ ਪੈਣੇ ਇਸੇ ਬਹਾਨੇ ਠੀਕ ਹੈ ਜੀ ਨਾ ਸੁਧਰੋ ਕੋਈ ਚੱਕਰ ਨਹੀਂ ਟੈਨਸ਼ਨ ਵਾਲੀ ਗੱਲ ਕੋਈ ਨਹੀਂ ਮੇਰੀ ਰੋਜੀ ਰੋਟੀ ਲੱਗੀ ਏ ਨਾਲੇ ਉਹ ਜੱਪਲ ਮਾਰ ਮੰਗਦੇ ਆ ਕੰਨ ਖੋਲ ਕੇ ਗੱਲ ਸੁਣੋ ਮੇਰੀ ਸਾਲਿਓ ਤੇ ਜਿਹੜਾ ਹੀ ਕਮੇਨੀ ਪਵਨ ਦਾ ਘਰ ਵਾਲਾ ਮੇਰੀ ਗੱਲ ਸੁਣੋ ਹਰਾਮਜਾਦੇਓ ਮੇਰੇ ਘਰ ਦੇ ਸਾਲਿਓ ਦਾਲ ਰੋਟੀ ਜਿਹੜੀ ਖਤਮ ਹੋਈ ਏ ਭੇਜੋ ਆਪੇ ਤੁਸੀਂ ਕਹਿੰਦੇ ਸੀ ਨਾ ਇਹ ਸਾਡੇ ਸਿਰ ਤੋਂ ਪੱਲੇ ਉਹ ਰੋਟੀ ਖਾਂਦਾ ਮੈਨੂੰ ਨਾ YouTube ਨੇ ਪੈਸੇ ਭੇਜਨੇ ਨਾ ਸਾਲੇ ਤੁਸੀਂ ਭੇਜਦੇ ਪਿਓ ਭੇਜੋ ਹਰਾ ਮੈਂ ਤੁਹਾਡੇ ਸਿਰ ਤੂੰ ਖਾਣਾ ਮੈਂ ਰੋਟੀ ਭੇਜੋ ਹੁਣ ਜੇ ਨਾ ਨਾ ਭੇਜੇ ਫਿਰ ਤੁਸੀਂ ਆਪਣੇ ਪਿਓ ਦੀ ਲਾਜ ਨਹੀਂ ਹੈ ਭੇਜੋ ਲੱਖ ਲੱਖ ਰੁਪਇਆ ਯੂਰਪ ਚ ਰਹਨੇ ਆ ਇੱਥੇ ਮਹਿੰਗਾਈ ਪੜੀ ਏ 50 50000 ਰੁਪਏ ਤੇ ਸਾਲਾ ਬਿਜਲੀ ਪਾਣੀ ਤੇ ਬੇਲੀ ਆ ਜਾਂਦਾ ਨਾਲਾ ਭੇਜੇ ਹੁਣ ਪੈਸੇ 76 ਮਾਰਾਂਗਾ ਸਾਲੇ ਅਗਲੀ ਵੀਡੀਓ ਚ ਲਾਲ ਕਰ ਦਾਂਗਾ ਤੁਹਾਡੀ ਤੰਨਾ ਦੀ ਤੁਸੀਂ ਤਿੰਨਾ ਨੇ ਕਿਹਾ ਵੀ ਸਾਡੇ ਸਿਰ ਤੇ ਰੋਟੀ ਖਾਂਦਾ ਵੇ ਤੇ ਮੇਰੇ ਘਰ ਕੋਈ ਝੋਦਾ ਪੱਤਾ ਨਹੀਂ ਆ ਕੋਈ ਕੁਛ ਨਹੀਂ ਆ ਉਹ ਤੋਂ ਨਿਆਣੇ ਦੀ ਫੀਸਾਂ ਦੇਣ ਵਾਲੀ ਹੋਈਆਂ ਭੈਣ ਤੂੰ ਐਡੇ ਤੁਸੀਂ ਮਾੜੇ ਮਾਲਕ ਉਹ ਗੰਦੇ ਮਾਲਕ ਉਹ ਸਾਲਿਓ ਪੈਸੇ ਨਹੀਂ ਤੁਸੀਂ ਦਿੰਦੇ हां जी ਤੇ ਉਹਨਾਂ ਨੇ ਮੈਂ ਇਹਨਾਂ ਦੇ ਕੁੱਤੇ ਖਾਣੀ ਕਰਾਂ ਮੰਗ ਤੇ ਟੱਬਰ ਦੀ ਚੰਗੀ ਰੱਖ ਕੇ ਥੋੜੀ ਜੀ ਨਾ ਇਹ ਭੈਣ ਚੋ ਦੇ ਦੋ ਤਿੰਨ ਵੀਡੀਓ ਹੋ ਗਏ ਮੈਂ ਵੇਖੀ ਜਣਾ ਪੈ ਇਹਨਾਂ ਦਾ ਲਾਹਾਲ ਇਹ بڑے ਮਛਰੇ ਫਿਰਦੇ ਪਏ ਨੇ ਮਛਰੇ ਇਸ ਕੱਲ ਗੱਲੂ ਕਰਕੇ ਨੇ ਮਛਰੇ ਨੇ ਕੋਈ ਚੱਕਰ ਨਹੀਂ ਆਪਣੇ ਘਰ ਦਾ ਮਛਰਨ ਪਰ ਇਹਨਾਂ ਦੀ ਹੰਗੰਦੀ ਹਰਕਤ ਇੰਨੀ ਹੈ ਕਿ ਸਾਹਮਣੇ ਆਈਆਂ ਨੇ ਨਾ ਯਾਨੀ ਕਿ ਜਿਹੜਾ ਬੰਦਾ ਤੇ ਦਿਮਾਗ ਨਾ ਹੋਏਗਾ ਨਾ ਦਿਮਾਗ ਵਾਲਾ ਜਿਹੜਾ ਤੇ ਬੰਦਾ ਆਪਣੀ ਫੈਮਲੀ ਨਾਲ ਬੈ ਕੋਈ ਇੱਜ਼ਤਦਾਰ ਬੰਦਾ ਹੋਏਗਾ ਉਹ ਤੇ ਫੈਮਿਲੀ ਨਾਲ ਬਹਿ ਕੇ ਇਹ ਵਲੋਗ ਵੇਖ ਹੀ ਨਹੀਂ ਸਕਦਾ ਕੰਜਰਾਂ ਦੇ ਵਲੋਗ ਜਿਹੜੀਆਂ ਡਬਲ ਮੀਨਿੰਗ ਗੱਲਾਂ ਇਹ ਦੱਲਾ ਇਹ ਦੱਲਾ ਜਿਹੜਾ ਨਾ ਦੂਸਰਾ ਗਿਆਨੀ ਕਰਦਾ ਨਾ ਢੋਂਗੀ ਬਾਬਾ ਇੰਨੀਆਂ ਡਬਲ ਮੀਨਿੰਗ ਗੱਲਾਂ ਕਰਦਾ ਇੱਕ ਤੁਹਾਨੂੰ ਮੈਂ ਵੀਡੀਓ ਦੱਸਦਾ ਆ ਵੀਡੀਓ ਆਂਦੀ ਵੀ ਨਾ ਪੈਕਿੰਗ ਵਾਲੀ ਠੀਕ ਹੈ 14 ਮਿੰਟ ਤੇ 38 ਸਕਿੰਟ ਤੇ ਇਸ ਵੀਡੀਓ 'ਚ ਦੇਖਿਓ ਆ ਜਿਹੜੀ ਜਬਲੋਣੀ ਹੈ ਇਹ ਆਪਣੇ ਨਾਲ ਇੱਕ ਸੂਟ ਲਾ ਕੇ ਕਹਿੰਦੀ ਵੀ ਬਹੁਤ ਭਰ ਰਹੀ ਭਰ ਰਹੀ ਹੋ ਗਈ ਸੂਟ ਨਾ ਨੀ ਮੰਗਤਾ ਕਹਿੰਦਾ ਪਿਆ ਵੀ ਬੜਾ ਸੂਟ ਭਾਰਾ ਹੋ ਗਿਆ ਤੇ ਜਬਲੋ ਕੰਜੀ ਵੀ ਨੀ ਨੀ ਹਲਕਾ ਹੈ ਤੇ ਗਿਆਨੀ ਕਹਿੰਦਾ ਪਿਆ ਨਹੀਂ ਨਹੀਂ ਮੈਂ ਸੂਟ ਦੀ ਗੱਲ ਨਹੀਂ ਕਰ ਰਿਆ ਕਹੀ ਦੀ ਤੂੰ ਗੱਲ ਕਰ ਰਿਆ ਤੇਰੀ ਭੈਣ ਨੂੰ ਸਾੜਿਆ ਤੂੰ ਇੰਨੀ ਡਬਲ ਮੀਨਿੰਗ ਗੱਲਾਂ ਕਰਦਾ ਨਾ ਢੋਂਗੀ ਬਾਬਾ ਆਹ ਤੇਰੇ ਪਿੱਛੇ ਚੱਲਣਾ ਹੁਣ ਆ ਸਿੱਧਾ ਤੇਰੀ ਭੈਣ ਨੂੰ ਆ ਸਿੱਧਾ ਆ ਸਿੱਧਾ ਆ ਸਿੱਧਾ ਤੇਰੀ ਭੈਣ ਨੂੰ ਗਿਆਨੀਆਂ ਗਿਆਨੀਆਂ ਸਾੜਿਆ ਡਬਲ ਮੀਨਿੰਗ ਗੱਲਾਂ ਕਰਦਾ ਸਾੜਿਆ ਤੇਰੀ ਭਾਬੀ ਉਹ ਵੱਡੀ ਭਾਬੀ ਮਾਂ ਸਵਾਣੇ ਹਰਾਮ ਦੇ ਆ ਉਹਨੂੰ ਤੂੰ ਕਹਿੰਦਾ ਡਬਲ ਮੀਨਿੰਗ ਗੱਲਾਂ ਪਰ ਮੇਰੇ ਨਾਲ ਗੱਲਾਂ ਕਰਦਾ ਰਾਮ ਜਾਦੇ ਆ ਕੁੱਤੇ ਆ ਕਿਸੇ ਕਿਸੇ ਕੰਜਰੀ ਦੇ ਜੰਮਿਆ ਕਿਸੇ ਕੋਠੀ ਵਾਲੀ ਦੇ ਜੰਮਿਆ ਅੱਜ ਉਹ ਮੰਗਦਾ ক্রিকেট ਖੇਡਦਾ ਪਿਆ ਸੀ ਤੇ ਪਿੱਛੋਂ ਬੀਬੀ ਜਗੀਰ ਘਰ ਨਿਕਲ ਕੇ ਆਂਦੀ ਛਾਤੀ ਕੋਈ ਚੁੰਨੀ ਨਹੀਂ ਲਈ ਕੋਈ ਚੁੰਨੀ ਨਹੀਂ ਲਈ ਛਾਤੀ ਦੇਦੀ ਵੀ ਐਡੀ ਛਾਤੀ ਤੇ ਥੱਲੇ ਜਿਹੜੀ ਬਲੈਂਡ ਪਾਈ ਨਾ ਉਹ ਦੀਦੀ ਵੀ ਆ ਰਾਮ ਦੀ ਫੇਰ ਨਾ ਪਤਾ ਜਿਹੜੀ ਵੀਡੀਓ ਚ ਇਹਨਾਂ ਨੇ ਗੰਨੇ ਦੇ ਰਾਸ ਦੇ ਚੋਲ ਬਣਾਏ ਨੇ ਟਾਈਟਲ ਇਹਦਾ ਕੀ ਸੀ ਹੋਣ ਤੇ ਮਟਾ ਦਿੱਤਾ ਇਹਨੇ ਟਾਈਟਲ ਪਹਿਲਾਂ ਉਹਦਾ ਟਾਈਟਲ ਸੀ ਥੰਬਨੇਲ ਸੀ ਮੋਟਰ ਤੇ ਮੰਮੀ ਨੇ ਬਣਾਏ ਗੰਨੇ ਦੇ ਰਸ ਦੇ ਚੋਲ ਤੇ ਲੋਕਾਂ ਨੇ ਉਹ ਕਮੈਂਟ ਕੀਤੇ ਥੱਲੇ ਇਹਨੂੰ ਇਦਾਂ ਦੇ ਕਮੈਂਟ ਕੀਤੇ ਤੇਰੀ ਮੰਮੀ ਨੂੰ ਬੜਾ ਮੋਟਰ ਦਾ ਐਕਸਪੀਰੀਅੰਸ ਹੈ ਤੇਰੀ ਮੰਮੀ ਕਿਤੇ ਮੋਟਰ ਤੇ ਤਾਂ ਨਹੀਂ ਜਾਂਦੀ ਰਹੀ ਤੇਰੀ ਮੰਮੀ ਕਿਤੇ ਰਾਤ ਨੂੰ ਮੋਟਰ ਤੇ ਕਿਸੇ ਦਾ ਟਾਈਮ 'ਚ ਨਹੀਂ ਚੱਕਦੀ ਰਹੀ ਪੀ ਗੰਧੀਆਂ ਗੰਧੀਆਂ ਗੱਲਾਂ ਕੀਤੀਆਂ ਹਰਦੂ ਲੰਘ ਤੇ ਤੇਰੇ ਇਹੋ ਜਿਹੇ ਵਲੋਗ ਬਣਾਉਣ ਤੇ ਸਾਲਿਓ ਕਿੱਦਾਂ ਤੁਹਾਡੇ ਰੋਟੀ ਜਿਹੜੀ ਤੁਹਾਨੂੰ ਲੰਘ ਜਾਂਦੀ ਤੁਹਾਡੇ ਨੂੰ ਬੁਰਕੀ ਪਤਾ ਮੈਨੂੰ ਪੀਦਾ ਖਾਨ ਤੋਂ ਤਾਂ ਹੀ ਲੰਘ ਜਾਂਦੀ ਕਿਉਂਕਿ ਇਹ ਮੇਰੀ ਵੀਡੀਓ ਵੇਖ ਕੇ ਨਾ ਫਿਰ ਦੋਨੇ ਭਰਾ ਇੱਦਾਂ ਗੱਲਾਂ ਕਰਦੇ ਨਾਲੇ ਵੇਖਦੇ ਨੇ ਵੀਡੀਓ ਤੇ ਨਾਲੇ ਫਿਰ ਜਿਹੜੀ ਮੈਂ ਗੱਲਾਂ ਕਹਿੰਨਾ ਫਿਰ ਆਪਸ ਚ ਹੱਸਦੇ ਰਹਿੰਦੇ ਨੇ ਅੱਛਾ ਇਦਾਂ ਲੰਘ ਜ ਨਹੀਂ ਸਾਲਿਆ ਬਿਖਾਈ ਜੀ ਲੰਘ ਜਾਂਦੀ ਇਦਾਂ ਹੀ ਤੁਸੀਂ ਗੱਲਾਂ ਕਰਦੇ ਨਾ ਫਿਰ ਹਾਂ ਲੰਘ ਤੇ ਇਦਾਂ ਹੀ ਜਾਂਦੀ ਪੁੱਤਰਾ ਪਰ ਇਹ ਹਲਾਲ ਦੀ ਨਹੀਂ ਇਹ ਹਰਾਮ ਦੀ ਇੱਕ ਗਿਆਨੀ ਵਾਲੀ ਪੀਜੀ ਵਾਲੀ ਵੀਡੀਓ ਜਿੱਥੇ ਪੀਜ਼ਾ ਬਣਾਉਂਦੇ ਪਏ ਨੇ ਤੇ ਗਿਆਨੀ ਕਹਿੰਦਾ ਕਿ ਮੈਂ ਆਦੇ ਹਰ ਤਰ੍ਹਾਂ ਦਾ ਪੀਜ਼ਾ ਖਾ ਲਨ ਹੁਣਾ ਆਪਣੇ ਮੂੰਹ ਬਕਵਾਸ ਕੀਤਾ ਲਾਉਣੇ ਨੇ ਕਿ ਮੈਂ ਤੇ ਹਰ ਤਰ੍ਹਾਂ ਦਾ ਪੀਜ਼ਾ ਖਾ ਲਨ ਹੁਣਾ ਇਹਦਾ ਮਤਲਬ ਤੁਹਾਨੂੰ ਕਿੰਨੇ ਦਿਨਾਂ ਦਾ ਫੁੱਦੂ ਬਣਾਉਂਦਾ ਪਿਆ ਸੀ ਕਿੰਨੇ ਦਿਨਾਂ ਦਾ ਤੁਹਾਨੂੰ ਫੁੱਦੂ ਬਣਾਉਂਦਾ ਪਿਆ ਕਿ ਮੈਂ ਤੇ ਸਰਬਲੋਚ ਖਾਣਾ ਮੈਂ ਤੇ ਆਹ ਭਾਂਡੇ ਚ ਖਾਣਾ ਮੈਂ ਤੇ ਆਪਣੇ ਮਾਂ ਦੇ ਹੱਥਾਂ ਦੀ ਰੋਟੀ ਨਹੀਂ ਖਾਂਦਾ ਫਿਰ ਮੰਗਦਾ ਜਦੋਂ ਨਾ ਉੱਥੇ ਪਹੁੰਚਦਾ ਨਾ 에ਰਪੋਰਟ ਤੇ ਇੰਡੀਆ ਇਥੋਂ ਕੈਨੇਡਾ ਤੋਂ ਜਦੋਂ ਉੜਦੀ ਫਲੈਟ ਤੇ ਇੰਡੀਆ ਪਹੁੰਚਦੀ ਫਲੈਟ ਫਿਰ ਨਾ ਪਤਾ ਵੀਡੀਓ ਵਿੱਚ ਦਾ ਹਸ ਰਿਹਾ ਕਹਿੰਦਾ ਕਿ ਮੈਨੂੰ ਮੇਰੇ ਦੋਸਤ ਦਾ ਫੋਨ ਆਇਆ ਉਹਨੇ ਕਿਹਾ ਵੀ ਇਹ ਸਾਲਾ ਹੱਥ ਕਿਹਦਾ ਹਸਰੇ ਆ ਹੱਥ ਕਿਹਦਾ ਦਾਅਵੇ ਕਹਿੰਦਾ ਮੇਰੇ ਦੋਸਤ ਨੇ ਨਾ ਦੋਸਤ ਦਾ ਮੈਸੇਜ ਆ ਉਹਨੇ ਕਿਹਾ ਜਿਹੜੀ ਆ ਨਾ ਭਾਰਤ ਤੋਂ ਬਲਟਾੜੀ ਆ ਕੈਨੇਡਾ ਸਰਕਾਰ ਨੇ ਬੰਦ ਕਰ ਦਿੱਤੀਆਂ ਨੇ ਪੀਸ ਵਾਲਿਆ ਜੇ ਕੋਈ ਚੰਗਾ ਬੰਦਾ ਹੋਵੇ ਨਾ ਜਿੰਨੂੰ ਪੜੀ ਬੱਚੇ ਦਾ ਜਾ ਕੇ ਸਾਨੂੰ ਆਪਣੀ ਘਰ ਵਾਲੀ ਦਾ ਫਿਕਰ ਹੋਵੇ ਜਨੇ ਪਤਾ ਹੈ ਕਿ ਮੇਰੇ ਯਾਰ ਪਿੱਛੇ ਕੈਨੇਡਾ ਮੈਂ ਛੱਡ ਗਿਆ ਆ ਫਲੈਟਾ ਬੰਦ ਹੋ ਗਈ ਉਹਨਾਂ ਨੂੰ ਮੈਂ ਵਾਪਸ ਕਿੱਥੇ ਜਾਵਾਂਗਾ ਯਾਰ ਉਹ ਤੇ 6 ਮਹੀਨੇ ਦਾ ਮੇਰਾ ਬੱਚਾ ਹੋਵੇ ਮੇਰੀ ਜਨਾਨੀ ਕੀ ਕਰੇਗੀ ਅਗਲੇ ਬੰਦੇ ਨੂੰ ਹੱਥ ਪੈਰਾਂ ਨਹੀਂ ਪੈ ਜੰਦੀ ਇਹ ਸਾਲੇ ਕੰਜਰ ਦੇ ਕੋਈ ਚਿਹਰੇ ਤੇ ਨਾ ਕੋਈ ਪੀ ਅਦਾਸੀ ਵਾਲੀ ਗੱਲ ਨਹੀਂ ਹੈ ਪੀ ਕੋਈ ਭੈਜੋ ਯਾਰ ਆਕੀ ਬਾੜ ਕੇ ਬੰਦਾ ਹੋ ਜਿਹੜਾ ਹੋਵੇ ਨਾ ਇੱਜ਼ਤਦਾਰ ਬੰਦਾ ਉਹਨੇ ਕਹਿੰਦਾ ਹੈ ਯਾਰ ਹੁਣ ਮੈਂ ਕੀ ਕਰਾਂਗਾ ਉਹ ਬੰਦੇ ਨੇ ਪਿੱਛੇ ਜਾਣ ਦਾ ਸੋਚਣਾ ਮੀ ਮੈਂ ਪਿੱਛੇ ਜਾਵਾਂ ਫਿਰ ਜੀ ਦੋਨੇ ਭਰਾ ਪਹੁੰਚ ਜਾਂਦੇ ਨੇ ਇੰਡੀਆ ਇੰਡੀਆ ਪਹੁੰਚ ਜਾਂਦੇ ਨੇ ਤੇ ਦਰਵਾਜ਼ਾ ਖੋਲਦਾ ਫੌਜੀ ਫੌਜੀ ਦੇ ਦਰਵਾਜ਼ੇ ਤੇ ਪਹਿਲਾਂ ਸਾਰਿਆਂ ਨੂੰ ਪਤਾ ਹੈ ਕਿ ਸਰਪ੍ਰਾਈਜ਼ ਸਰਪ੍ਰਾਈਜ਼ ਕੋਈ ਨਹੀਂ ਸੀ ਹੈ ਨਾ ਸਾਰਿਆਂ ਨੂੰ ਪਤਾ ਹੈ ਕਿ ਕੀ ਸੀ ਫਿਰ ਅਗੂ ਬੀਬੀ ਜ਼ਗੀਰ ਖੁਰਾਂ ਦੀ ਬੀਬੀ ਜ਼ਗੀਰ ਖੁਰ ਕਹਿੰਦੀ ਹੈ ਮੇਰਾ ਪੁੱਤਰਾ ਕਿੱਥੇ ਕਹਿੰਦੇ ਉਹੀ ਤੇ ਕਰਨਾ ਆਏ ਆ ਵਾਕਿਆ ਮੰਗਤ ਨੇ ਬਿਲਕੁਲ ਗੱਲ ਸਹੀ ਕਹੀ ਏ ਵੀ ਉਹੀ ਤੇ ਕਰਨਾ ਆਏ ਆ ਕਿਉਂਕਿ ਕਰਨਾ ਤੇ ਢੋਂਗੀ ਬਾਬੇ ਨੇ ਸੀ ਪਰ ਢੋਂਗੀ ਬਾਬੇ ਨੇ ਨਹੀਂ ਕਰਨਾ ਕਿਉਂਕਿ ਢੋਂਗੀ ਬਾਬੇ ਨੂੰ ਡਰ ਰੇ ਕਿ ਜੇ ਮੈਂ ਕੀਤਾ ਤੇ ਹੋ ਸਕਦਾ ਕੁੜੀ ਨਾ ਹੋ ਜੇ ਜੇ ਕੁੜੀ ਹੋ ਗਈ ਤੇ ਸਾਡੀ ਜਿਹੜੀ ਖਾਨਦਾਨ ਦੀ ਪਰੰਪਰਾ ਹੈ ਮੁੰਡੇ ਪੈਦਾ ਕਰਨ ਦੀ ਉਤੇ ਦਾਗ ਲੱਗ ਜਾਣਾ ਇਸ ਕਰਕੇ ਉਹਨੇ ਮੰਗਤ ਨੂੰ ਨਾਲ ਲੈਂਦਾ ਉਹਨੇ ਕਿਹਾ ਵੀ ਮੰਗਤਿਆ ਮੇਰੇ ਨਾਲ ਚੱਲ ਤੇ ਇੱਕ ਤੇ ਤੁਹਾਡੇ ਵਿਊ ਜਿਹੜੇ ਡਿੱਗਦੇ ਪਏ ਨੇ ਉਹ ਵਧ ਜਾਣਗੇ ਕਿਉਂਕਿ ਤੁਹਾਨੂੰ ਪਤਾ ਹੋਵੇ ਕਿ ਕੈਨੇਡਾ ਚ ਇਹਨਾਂ ਦੇ ਵਿਊ ਨਹੀਂ ਆਉਂਦੇ ਇੰਡੀਆ ਚ ਵਿਊ ਆਉਂਦੇ ਇਹ ਕਰਕੇ ਉਹਨੇ ਸੋਚਿਆ ਇੱਕ ਤੀਰ ਨਾਲ ਦੋਸ਼ਕਾਰ ਹੁੰਦੇ ਪਏ ਕਿਉਂ ਨਾ ਮੈਂ ਜਾਵਾਂ ਇੰਡੀਆ ਤੇ ਮੇਰੇ ਵਿਊ ਵਧਣਗੇ ਤੇ ਨਾਲੇ ਜਿਹੜਾ ਵੇ ਮੈਂ ਮੁਸਕਦੇ ਬੱਚਾ ਕਾ ਰਾਵਾਂ ਨਾਲੇ ਸਾਡੀ ਪਰੰਪਰਾ ਘਰ ਦੀ ਬੱਚੀ ਰਵੇ ਉਹ ਗਿਆਨੀ ਦਾ ਮੁੰਡਾ ਨਹੀਂ ਹੋਣਾ ਇੰਨਾ ਹੰਕਾਰਿਆ ਗਿਆਨਾ ਮੰਗਤਾ ਇੰਨਾ ਹੰਕਾਰਿਆ ਗਿਆਨਾ ਸਾਲਿਆ ਤੇਰਾ ਅੱਜ ਸੋਹਰਾ ਆਇਆ ਭੈਣ ਚੁੱਦਾ ਸੋਹਰਾ ਇਹਦਾ ਵੇਖਿਆ ਵੀਡੀਓ ਜਿਹੜੀ ਕੱਲ੍ਹ ਵਾਲੀ ਵੀਡੀਓ ਸੋਹਰਾ ਇਹਦਾ ਮਿਲਣ ਆਇਆ ਸੋਹਰਾ ਵੜਦਾ ਪਿਆ ਕਮਰੇ ਚ ਤੇ ਉਹਦੇ ਕੋਲ ਨਾ ਫਰੂਟਾਂ ਦਾ ਜਿਹੜਾ ਨੀਲਫਾ ਉਹ ਪਾੜ ਗਿਆ ਵੇ ਨਾਲ ਦਾ ਜਿਹੜਾ ਬਜ਼ੁਰਗ ਜਿਹੜਾ ਸੋਹਰੇ ਨਾਲ ਆਇਆ ਉਹ ਉਤੀ ਦਾ ਸੋਹਰਾ ਆਪ ਥੱਲੇ ਬੈ ਕੇ ਫਰੂਟ ਚੱਕਦੇ ਪਏ ਨੇ ਸਾਲਿਆ ਉਹਦੀ ਮਦਦ ਦੀ ਕਰਾ ਸੋਹਰੇ ਦੀ ਨਾਲ ਲਾ ਲ ਕੇ ਭੈਣ ਚੁੱਦਾ ਤੈਨੂੰ ਵੀਡੀਓ ਬਣਾਣ ਦਾ ਵੀਡੀਓ ਬਣਾਣ ਦਾ ਪਿਆ ਵੇ ਰਾਮ ਦਿਆ ਉਹ ਕਿਸੇ ਬਜ਼ੁਰਗ ਦੀ ਤੇਰਾ ਸੋਹਰਾ ਸਾਲਿਆ ਤੁਸੀਂ ਜਵਾਈਆਂ ਵਾਲੀ ਆਕੜ ਨਹੀਂ ਛੱਡਣੀ ਪਈ ਅਸੀਂ ਜਿਹੜੇ ਜਵਾਈਆਂ ਅਸੀਂ ਕਿਉਂ ਚੁੱਕੀਏ ਇਹ ਇਦਾਂ ਦੇ ਹਰਾਮ ਦੇ ਨੇ ਬਾਕੀ ਅੱਜ ਦੀ ਵੀਡੀਓ ਕੱਲ ਦੀ ਵੀਡੀਓ ਵਿੱਚ ਸੋਹਰੇ ਲਾਦਾ ਨੇ ਪਿਆ ਮੂੰਹ ਤੇ ਹਲਦੀ ਹਲਦੀ ਵੀ ਮੇਰੇ ਸੋਹਰੇ ਨੇ ਨਾ ਮੈਂ ਗੋਰਾ ਲਗਾ ਅੱਜ ਤੇਰੇ ਮਮਾ ਅਰਥ ਦੇ ਕਿੱਥੇ ਗਏ ਨੇ ਸਾਲਿਆ ਪ੍ਰੋਡਕਟ ਅੱਜ ਲਾ ਸਾਲਿਆ ਕਰੀਮਾ ਮਮਾ ਅਰਥ ਦੀਆਂ ਅੱਜ ਕਿੱਥੇ ਗਈਆਂ ਮਾਂ ਦੇ ਸਿਰ ਚ ਵਾਰ ਦਿੱਤੀਆਂ ਨੇ ਭੈਣ ਚ ਦਾ ਉਹ ਘਰ ਚ ਇਹਨੂੰ ਕੋਈ ਸੂਤ ਕਰ ਸਕਦੀ ਨਾ ਮੰਗ ਤੈਨੂੰ ਉਹ ਵੇ ਇਹਦੀ ਭਾਬੀ ਟੋਗੀ ਬਾਬੇ ਦੀ ਘਰ ਵਾਲੀ ਮੁਸ਼ਕ ਸਹੀ ਚ ਪੇੜਾ ਮਾਰਦੀ ਰੱਖ ਰੱਖ ਕੇ ਓਨੀ ਨਾ ਜਰਦੀ ਜਰਦੀ ਉਹ ਜੱਬੜੀ ਏ ਜਿਹੜੀ ਉਹ ਢੋਂਗੀ ਬਾਬੇ ਦਾ ਵੀ ਮਜ਼ਾਕ ਚਾਲ ਲੈਂਦੀ ਏ ਤੇ ਇਹਦੀਆਂ ਵੀ ਗੱਲਾਂ ਚਾਲ ਲੈਂਦੀ ਆ ਦੀ ਸੱਸ ਦੀਆਂ ਵੀ ਗੱਲਾਂ ਚਾਲ ਲੈਂਦੀ ਏ ਪਰ ਉਹ ਮੁਸਕ ਨਹੀਂ ਚਲਦੀ ਉਹ ਤੇ ਮਾਰਦੀ ਚਪੇੜਾ ਰੱਖ ਰੱਖ ਕੇ ਉਹ ਜਿਹੜੀ ਰਸ ਵਾਲੀ ਵੀਡੀਓ ਏ ਜਿੱਚ ਰਸ ਦੀ ਚੋਲ ਬਣਾਏ ਨੇ ਇਹਨਾਂ ਨੇ ਗੰਨੇ ਦੇ ਰਸ ਦੇ ਚੋਲ ਬਣਾਏ ਨੇ ਉਸ ਵੀਡੀਓ ਚ ਕਹਿੰਦੀ ਨਹੀਂ ਵੀ ਮੰਗਤਾ ਕਹਿੰਦਾ ਕਿ ਮੈਂ ਨਹਾਤਾ ਤਾਂ ਕਹਿੰਦੀ ਵੀਰ ਜੀ ਕਿਉਂ ਕਦੋਂ ਤੁਸੀਂ ਨਹਾਤੇ ਉਹ ਕਹਿੰਦਾ ਮੈਂ ਬਾਥਰੂਮ ਚ ਗਿਆ ਕਹਿੰਦੀ ਮੈਂ ਬਾਥਰੂਮ ਵੇਖਿਆ ਸੁੱਕਾ ਪਿਆ ਸੀ ਵੀ ਸਾਲੇ ਇੱਥੇ ਤੱਕ ਇਹਨਾਂ ਦੇ ਘਰ ਚ ਵੇਖੋ ਕਿੱਦਾਂ ਦੇ ਮਜ਼ਾਕ ਨੇ ਪਹਿਲੀ ਗੱਲ ਤੇ ਡਬਲ ਮੀਨ ਉਨੇ ਉਹ ਕੁੜੀ ਨੇ ਉਦੋਂ ਤੱਕ ਦੀ ਖਲਾਸੀ ਨਹੀਂ ਛੱਡੀ ਜਦੋਂ ਤੱਕ ਮੰਗ ਤਾਂ ਇਹ ਨਿਹਾਰ ਨਹੀਂ ਮੰਨ ਲਈ ਵੀ ਹਾਂ ਮੈਂ ਨਹੀਂ ਨਾ ਤਾਂ ਤੇ ਵਾਕ ਹੀ ਨਹੀਂ ਸਾਲਾ ਨਾਂਦਾ ਤੁਸੀਂ ਵੇਖ ਲਓ ਪੀਜੇ ਦੀ ਵੀਡੀਓ ਚ ਵੀ ਇਹਨੇ ਉਹੀ ਟੀ-ਸ਼ਰਟ ਪਾਈ ਏ ਤੇ ਜਿਹੜੀ ਅੱਜ ਵੀਡੀਓ ਬਣਾਈ ਕੱਲ ਵੀਡੀਓ ਬਣਾਈ ਹੈ ਜਿਹਦੇ ਚ ਇਹ ਦੱਸਦੇ ਕਿਲੇਆਂ ਦਾ ਕੜਾ ਕਿਲੇਆਂ ਦਾ ਕੜਾ ਕਿਲੇਆਂ ਦਾ ਕੜਾ ਨਹੀਂ ਉਹ ਚ ਵੇ ਟੀ-ਸ਼ਰਟ ਵਾਕ ਹੀ ਨਹੀਂ ਨਾਂਦਾ ਸਾਲਾ ਸਹੀ ਮੁਸ਼ਕ ਥੱਪੜ ਮਾਰਦੀ ਏ ਇਹ ਉਹੀ ਏ ਜਿਹੜੀ ਜਬਲੋ ਮਜ਼ਾਕ ਚੱਲ ਲੈਂਦੀ ਏ ਅਗਲੇ ਉਹ ਅਗਲੀ ਨਹੀਂ ਚਲਦੀ ਫੇਰ ਵੇਖੋ ਇਹਦਾ ਸੱਚ ਉਹ ਵੇਖੋ ਇਹ ਐਡੇ ਨੇ ਹਰਾਮ ਦੇ ਆ ਮੁਸ਼ਕ ਦੇ ਘਰ ਦੇ ਜਦੋਂ ਗੰਨੇ ਦੀ ਰਸ ਵਾਲੀ ਮੈਂ ਵੀਡੀਓ ਦੀ ਗੱਲ ਕਰਦਾ ਪਿਆ ਫੌਜੀ ਹੋਰੇ ਕੇ ਨਹੀਂ ਕਿਸੇ ਦੇ ਘਰ ਗੰਨੇ ਦਾ ਰਸ ਪੀਣ ਤੇ ਫੌਜੀ ਉਥੇ ਗੱਲਾਂ ਕਰਦਾ ਪਿਆ ਕਿ ਜਿਹੜਾ ਸਿੱਕੀ ਕੈਨੇਡਾ ਗਿਆ ਮੁਸ਼ਕ ਦਾ ਭਰਾ ਵੀ ਉਹਨਾਂ ਨੇ ਦਾਜ ਉਹ ਕਹਿੰਦੇ ਕੋਈ ਗੱਲ ਚੱਲੀ ਉਹ ਕਹਿੰਦਾ ਫੌਜੀ ਕਹਿੰਦਾ ਵੀ ਇਹਦੇ ਘਰਦਿਆਂ ਨੇ ਨਾ ਮੁਸ਼ਕ ਦੇ ਜਿਹੜੇ ਘਰ ਦੇ ਉਹਨਾਂ ਨੇ ਦਾਜ ਨਹੀਂ ਲੈਣਾ ਜਦੋਂ ਮੁਸ਼ਕ ਦਾ ਭਰਾ ਆਇਆ ਉਹਨਾਂ ਨੇ ਉਹਨਾਂ ਨੇ ਦਾਜ ਨਹੀਂ ਲੈਣਾ ਤੇ ਮੁਸ਼ਕ ਕਹਿੰਦੀ ਵੀ ਏ ਡੜਜੀ ਤੁਸੀਂ ਕਿਉਂ ਵੀਡੀਓ ਚ ਇਹ ਗੱਲ ਕਹਿ ਕੇ ਤੇ ਨੁਕਸਾਨ ਕਰਾਉਂਦੇ ਵੀ ਹੋ ਸਕਦਾ ਉਹਨਾਂ ਨੇ ਦਾਜ ਲੈਣਾ ਹੋਵੇ ਕਿ ਮੇਰੇ ਘਰ ਦੇ ਨੇ ਹੋ ਸਕਦਾ ਜਦੋਂ ਅਸੀਂ ਮੁੰਡਾ ਮੇਰਾ ਮੈਂ ਭਰਾ ਵੀ ਹੈ ਨਾ ਹੋ ਸਕਦਾ ਇਹ ਦਾਜ ਲੈਣਾ ਹੀ ਹੋਵੇ ਵੀ ਐਡੇ ਲਾਲਚੀ ਨੇ ਸਾੜੇ ਬੰਦੇ ਦਾਜ ਦਾ ਹੁਣ ਵਾਕੇ ਉਹਨਾਂ ਨੇ ਅਗਲੇ ਨੇ ਦਾਜ ਲੈਣਾ ਉਹਨਾਂ ਨੇ ਕਿਹਾ ਵੀ ਤੁਹਾਡਾ ਮੁੰਡਾ ਕੈਨੇਡਾ ਗਿਆ ਪੰਜਾ ਅਸੀਂ ਤੁਹਾਡੀ ਕੁੜੀ ਕੈਨੇਡਾ ਲੈ ਕੇ ਜਾਈ ਨਹੀਂ ਦਾਜ ਦੇ ਲੈਣੇ ਲੈਣਾ ਐਡੇ ਲਾਲਚੀ ਨੇ ਤੁਹਾਡੇ ਕਹਿੰਦਾ ਮਤਲਬ ਕਿ ਜਾਨੀ ਨੇ ਦਾਜ ਨਾਲ ਦਿੱਤਾ ਹੋਏਗਾ ਜਾਨੀ ਨੇ ਪਤਾ ਨਹੀਂ ਕੀ ਉਹਨਾਂ ਨੇ ਸ਼ਰਤ ਰੱਖੀ ਹੈ ਵੀ ਅਸੀਂ ਤੁਹਾਡੀ ਕੁੜੀ ਕੈਨੇਡਾ ਲੈ ਕੇ ਜਾਵਾਂਗੇ ਕੀ ਬਤਾ ਪੈਸੇ ਲੱਲੇ ਨੇ ਸਾਰੇ ਜਦ ਦਾ ਦਾਜ ਤੇ ਨਹੀਂ ਲਿੱਤਾ ਇਹਨਾਂ ਨੇ ਪੈਸੇ ਲਏ ਹੋਣੇ ਨੇ ਪੱਕੀ ਗੱਲ ਜ਼ਰ ਫਿਰ ਇੱਕ ਬੰਦਾ ਕਹਿੰਦਾ ਪਿਆ ਉਹਨੂੰ ਕਮੈਂਟ ਕੀਤਾ ਕਹਿੰਦਾ ਬਾਈ ਜੀ ਧਰਨੇ ਕਰਕੇ ਆਏ ਹੋ ਤੁਸੀਂ ਕਦੋਂ ਜਾਣਾ ਦਿੱਲੀ ਦੱਸਿਆ ਦੱਸਿਆ ਨਹੀਂ ਵੀ ਤੁਸੀਂ ਇਹ ਯਾਰ ਕਿਦੇ ਕੋਲ ਪੁੱਛ ਰਹੇ ਹੋ ਵੀ ਇਹ ਧਰਨੇ ਵਾਸਤੇ ਆ ਕੋਈ ਧਰਨੇ ਧਰਨੇ ਵਾਸਤੇ ਨਹੀਂ ਆਇਆ ਇਹ ਧਰਨੇ ਵਾਸਤੇ ਆਇਆ ਹੁੰਦਾ ਨਾ ਤੇ ਇਹ ਸਾਲਾ ਕਿੰਨਾ ਕਿਨੇ ਦਿਨ ਗਨੇ ਨੂੰ ਘੱਟੋ ਘੱਟ 2 ਹਫਤੇ ਹੋ ਗਏ ਨੇ ਪੰਜਾਬ ਆਏ ਨੂੰ 2 ਹਫਤੇ ਤੇ ਇਹਨਾਂ ਦਾ ਜਿਹੜਾ ਪਿੰਡ ਦਾ ਮੁੰਡਾ ਜਿਹੜਾ 26 ਜਨਵਰੀ ਵਾਲੇ ਦਿਨ ਪੁਲਿਸ ਨੇ ਕੋਟਿਆ ਸੀ ਉਹਦੇ ਘਰ ਇਹ ਉਹਦੀ ਮਾਲੀ ਮਦਦ ਕਰਨ ਜਾਂਦਾ ਇਹਨਾਂ ਨੇ ਮਾਲੀ ਮਦਦ ਹਰਾਮਦਿਆਂ ਨੇ ਉਹਦੀ ਕੀ ਕਰਨੀ ਐ ਸਾਲੇ ਉਹਨਾਂ ਦਾ ਪੈਸਾ ਪੂਹਾ ਖਾ ਗਏ ਨੇ ਇਹਨਾਂ ਨੂੰ ਬਥੇਰੇ ਲੋਕਾਂ ਨੇ ਪੈਸੇ ਭੇਜੇ ਨੇ ਖਾ ਗਏ ਨੇ ਹਰਾਮ ਦੇ ਇਹ ਟੱਬਰ ਨੇ ਪਤਾ ਨਹੀਂ ਕਿੰਨਾ ਕ ਪੈਸਾ ਦੱਬ ਲਿਆ ਉਸ ਮੁੰਡੇ ਦੇ ਨਾਂ ਤੇ ਉਹ ਮੁੰਡਾ ਵਿਚਾਰਾ ਅੱਜ ਵੀ ਉਦਾਂ ਹੀ ਐ ਉਹਦੀ ਮਾਂ ਵਿਚਾਰੀ ਉਹ ਤਾਂ ਪਿਓ ਨਹੀਂ ਐ ਉਹਦੀ ਮਾਂ ਵਿਚਾਰੀ ਐਦਾਂ ਹੀ ਯਾਰ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਵੀ ਕਿਹਾ ਸੀ ਕਿ ਦੇਖੋ ਪੁੱਛਿਓ ਇਹ ਦੇਖੋ ਪੁੱਛਿਓ ਵੀ ਇੱ체 ਕਰਕੇ ਮੈਂ ਤੁਹਾਨੂੰ ਕਿਹਾ ਸੀ ਕਿਉਂਕਿ ਇਹਨੇ ਪੈਸੇ ਸਾਲ ਦੇ ਖਾਦੇ ਨੇ ਲੋਕਾਂ ਦੇ ਮੈਨੂੰ ਬੜੇ ਮੈਸੇਜ ਆਏ ਨੇ ਭਾਜੀ ਇਹਨੂੰ ਭੇਜਦੇ ਨੇ ਪੈਸੇ ਸਾਲਾ ਫੋਨ ਨਹੀਂ ਚੱਕਦਾ ਦੱਸਦਾ ਨਹੀਂ ਤੁਹਾਨੂੰ ਐਡੇ ਘਰਾਮਜਤੇ ਬੰਦੇ ਨੇ ਐਡੇ ਘਟਿਆ ਟੱਬਰੇ ਮੇਕੂ ਗੱਲਾਂ ਨਹੀਂ ਰਹਿਣੀਆਂ ਢੇਲ ਟੁੱਟ ਚ ਇਹ ਗੱਲਾਂ ਮੈਂ ਦਬਾ ਕੇ ਰੱਖਣੀਆਂ ਸੀ ਹਜੇ ਤੱਕ ਨਾ ਪਰ ਮੈਂ ਮੇਰੇ ਕੋਲ ਨਹੀਂ ਦਬ ਦਬ ਕੇ ਰੱਖਣੀਆਂ ਮੇਰੇ ਤਾਂ ਭੈਣ ਚੋਦ ਦੀ ਸ਼ਕਲ ਵੇਖ ਕੇ ਨਾ ਮੈਨੂੰ ਤੇ ਭੈਣ ਚੋਦ ਜ਼ਹਿਰ ਆਂਦਾ ਯਾਹ ਰੰਦਾ ਸਾਲੇ ਵਾਲ ਵੇਖ ਕੇ ਭੈਣ ਚੋਦ ਜਿੱਦੇ ਬੁੱਛਾ ਚੀਕਾ ਤੇਰੇ ਉੱਚਾ ਐ ਨਾ ਚੋਦਾ ਸ਼ਕਲ ਤੇਰੀ ਸਾਲਿਆ ਪਤਾ ਨਹੀਂ ਕਿਹੜੇ ਦਿਨ ਤੂੰ ਜੰਮਿਆ ਸੀ ਫਿਰ ਇੱਕ ਬੰਦਾ ਕਮੈਂਟ ਕਰਦਾ ਜਰ ਕਮੈਂਟ ਛੱਡੋ ਕਮੈਂਟ ਤੁਸੀਂ ਨਾ ਸਾਰੇ ਜਿਹੜੇ ਇੱਥੇ ਪੜ ਲਿਓ ਪਰ ਮੈਂ ਤੁਹਾਨੂੰ ਇਹਦੀ ਗੱਲ ਦੱਸਦਾ ਵੇਖੋ ਵੀ ਇਹਦੀ ਮਾਂ ਕਿੰਨੀ ਵਰੀ ਕਹਿੰਦੀ ਰਹੀ ਵੀਡੀਓ ਦੇ ਵਿੱਚ ਕਿ ਅਸੀਂ ਲੋਕਾਂ ਨੂੰ ਬਾਹਰ ਤਾਂ ਬਿਠਾਉਂਦੇ ਆ ਕਿ ਅੰਦਰ ਲਾਈਟ ਨਹੀਂ ਹੁੰਦੀ ਲੋਕੀ ਕਿੰਨੇ ਕਹਿੰਦੇ ਨੇ ਕਿ ਤੁਹਾਡੇ ਘਰ ਕੋਈ ਸਬਸਕ੍ਰਾਈਬਰ ਆ ਜੇ ਹਨਾ ਕੋਈ ਇਨਾਮ ਲੈਣਾ ਜੇ ਤੁਸੀਂ ਬਾਹਰ ਕਿਉਂ ਵੇੜੇ 'ਚ ਬਿਠਾਉਂਦੇ ਹੋ ਅੰਦਰ ਕਿਉਂ ਨਹੀਂ ਬਿਠਾਉਂਦੇ ਇਹ ਕਹਿੰਦੀ ਵੀ ਅੰਦਰ ਲੈਡ ਦੀ ਪ੍ਰੋਬਲਮ ਹੈ ਤੇ ਜਿੱਥੇ ਪੀਜ਼ਾ ਬਣਾਦੇ ਪਏ ਨੇ ਉਸ ਵੀਡੀਓ ਚ ਵਖਿਆ ਇਹਨਾਂ ਦੇ ਘਰ ਐਡੀ ਲੈਡ ਹੈ ਸਾਲੀ ਐਡੀ ਲੈਡ ਹੈ ਭੈਣ ਚ ਫੌਜੀ ਦੇ ਬੂਥੇ ਜਿੱਡੀ ਲੈਡ ਹੈ ਤੇ ਅਜੇ ਵੀ ਝੂਠ ਬੋਲਦੇ ਨੇ ਵੀ ਅੰਦਰ ਲੈਡ ਦੀ ਪ੍ਰੋਬਲਮ ਹੈ ਐਡੇ ਹਰਾਮ ਦੇ ਨੇ ਮੈਂ ਤੁਹਾਨੂੰ ਬੜੀ ਵਾਰੀ ਦੱਸਿਆ ਕਿ ਇਸ ਇਸ ਟੱਬਰ ਦੇ ਪਿੱਛੇ ਕੱਲੇ ਇਸ ਟੱਬਰ ਤੇ ਨਹੀਂ ਹੋਰ ਜਿੰਨੇ ਵਲੋਗਰ ਨੇ ਇਹਨਾਂ ਦੇ ਪਿੱਛੇ ਨਾ ਲੱਗਿਓ ਇਨ੍ਹਾਂ ਸਾਲਿਆ ਨੂੰ ਉਹ ਜਿਹੜੇ ਆਸਟ੍ਰੇਲੀਆ ਵਾਲੇ ਨੇ ਹੈ ਆਸਟ੍ਰੇਲੀਆ ਵਾਲੇ ਜਿਹੜੇ ਕੰਜਰ ਨੇ ਉਹਦੇ ਆ ਤਾਇਆ ਮਰ ਗਿਆ ਤਾਇਆ ਮਰਿਆ ਨਾ ਤੁਸੀਂ ਸਾਰਿਆਂ ਨੇ ਵੀਡੀਓ ਵੇਖੀ ਨਾ ਉਹਦਾ ਤਾਇਆ ਮਰਿਆ ਉਸ ਕੁੜੀ ਨੂੰ ਭੋਰਾ ਰੱਤੀ ਭੋਰਾ ਇਹਨਾਂ ਨੂੰ ਆਪਣੇ ਨਾਲ ਫਰਕ ਨਹੀਂ ਪੈਂਦਾ ਮਾਡਰਨ ਦੱਲੇ ਦਾ ਦੱਲੇ ਦੀ ਨਾਨੀ ਮਰ ਗਈ ਉਹਨੂੰ ਭੋਰਾ ਫਰਕ ਨਹੀਂ ਪੈਂਦਾ ਉਸ ਕੁੜੀ ਦਾ ਛੱਕਾ ਤਾਇਆ ਮਰਿਆ ਤਾਇਆ ਮਰਿਆ ਤੇ ਅਗਲੀ ਅੱਜ ਪਿਕਨਿਕਾਂ ਮਨਾਉਂਦੀ ਪਈ ਏ ਇਹ ਹਾਲ ਨੇ ਇਹਨਾਂ ਦੇ ਇਹ ਇਹਨਾਂ ਨੇ ਥੋੜਾ ਇਹਨਾਂ ਨੂੰ ਲੋਕਾਂ ਨਾਲ ਇਨਸਾਨੀਅਤ ਦੇ ਨਾਲ ਕੱਖ ਨਹੀਂ ਲੱਗੇ ਪੈਸੇ ਤੂੰ ਇੰਡੀਆ ਆਇਆ ਹੋਣੇ ਚਲੋ ਠੀਕ ਚਲ ਇੰਡੀਆ ਆ ਗਿਆ ਕੁਝ ਅੱਜ ਦਾ ਕੰਮ ਹੀ ਕਰਨ ਲੋਕੀ ਆਕਸੀਜਨ ਨਾਲ ਮਰਦੇ ਪਏ ਨੇ ਮੰਗਤਿਆ ਕਿਸੇ ਨੂੰ ਦਾਨ ਪਉਣੀ ਕਰਦੇ ਸਾਲਿਆ ਸਾਰੀ ਉਮਰ ਭੈਣ ਚੋਦਾ ਲੋਕਾਂ ਦੇ ਲੋਕਾਂ ਦੇ ਸਿਰ ਤੋ ਖੱਦਾ ਜੇ ਅੱਜ ਕਿਸੇ ਨੂੰ ਦੇਣ ਦੀ ਵਾਰ ਹੀ ਆਈਏ ਤੇ ਭੈਣ ਚੋਦਾ ਮਾਂ ਦੀ ਗੋਦੀ ਚ ਵੜ ਗਿਆ ਹਰਾਮ ਦੇ ਆ ਆਕਸੀਜਨ ਦਾਨ ਕਰ ਭੈਣ ਚੋਦਾ ਤੈਨੂੰ ਪੰਜਾਬੀਆਂ ਨੇ ਅੱਜ ਤੱਕ ਪਹੁੰਚਾਇਆ 5.5 ਲੱਖ ਬੰਦਾ ਤੇਰੇ ਨਾਲ ਜੁੜਿਆ ਹੋਵੇ ਕਿਸੇ ਨੇ ਕੋਈ ਭੈਣ ਚੋਦਾ ਇਦਾਂ ਦੀ ਸਕੀਮ ਚਲਾ ਕੇ ਲੋਕੀ ਆਕਸੀਜਨ ਦੇਣ ਬੜੀਆਂ ਤੂੰ ਭੈਣ ਚੋਦਾ ਚਪੜ ਚਪੜ ਛਾੜੀ ਨਹੀਂ ਛਾਤੀ ਪੈ ਛਾ ਪਿਆਰ ਬਣੇ ਚਤਰੀ ਕਾਲ ਮਾਂ ਦੀ ਤੇਰੀ ਦੀ ਗੱਟ ਮੈਪ ਮੈਨੂੰ ਮਿਲ ਰੂ ਅੱਜ ਬਖਸ਼ ਦੋ ਮੈਂ ਕਹਿੰਦਾ ਮੈਨੂੰ ਗੁੱਸਾ ਬਹੁਤ ਚੜਿਆ ਆ ਆਸਟ੍ਰੇਲੀਆ ਵਾਲੀ ਦੀ ਵੀਡੀਓ ਵੇਖ ਕੇ ਉਹ ਭੈਣ ਚੋਦਾ ਦਾ ਦਾਦਾ ਜਰ ਤਾਇਆ ਮਰਿਆ ਉਸ ਕੁੜੀ ਨੂੰ ਇੰਨਾ ਨਹੀਂ ਆ ਕਿ ਮੈਂ ਜਰ ਕੋਈ 10 15 ਦਿਨ ਜਿਹੜੇ ਨਾ ਵੀਡੀਓ ਤੋਂ ਪਰਹੇਜ਼ ਕਰ ਲਾਂ ਪਰ ਉਹ ਸਾਲਾ ਉਹ ਖੁਸ ਖੁਸਰਾ ਜਿਹਾ ਬਣ ਕੇ ਨਾ ਘਰ ਵਾਲੀ ਜਗ੍ਹਾ ਛ ਉਹਦੀ ਘਰ ਵਾਲੀ ਕਹਿੰਦੀ ਛ ਕਿਊਟ ਕਿੰਨਾ ਚੰਗਾ ਮੇਰਾ ਹੱਬੀ ਛ ਇੰਨਾ ਜਰ ਇੰਨਾ ਕਿਊਟ ਕੋਈ ਕਿੱਦਾਂ ਹੋ ਸਕਦਾ ਹੈ ਇੰਨਾ ਕਿਊਟ ਇੱਦਾਂ ਹੀ ਕਿਊਟ ਨਹੀਂ ਇਹ ਹਰਾਮਗਰੀ ਹੈ ਹਰਾਮਗਰੀ ਇੰਨਾ ਕੋਈ ਹਰਾਮਗਰੀ ਕਿੱਦਾਂ ਕਰ ਸਕਦਾ ਵੇ ਇੰਨਾ ਕੋਈ ਸੈਲਫਿਸ਼ ਬੰਦਾ ਕਿੱਦਾਂ ਬਣ ਸਕਦਾ ਭੈਣ ਚੁੱਧ ਪੀ ਭੈਣ ਚੁੱਧ ਕਿਸੇ ਦਾ ਤਾਇਆ ਮਰਿਆ ਹੋਵੇ ਤੇ ਉਸ ਬੰਦੇ ਦੇ ਮੱਥੇ ਤੇ ਸਾਲਾ ਮਾਲਾ ਜਿਵੇਂ ਨਹੀਂ ਭੈਣ ਚੁੱਧ ਫਰਕ ਹੋਵੇ ਯਾਰ ਸਾਲਿਆਂ ਨੂੰ ਵੀਡੀਓ ਬਣਾਉਂਦੇ ਪਿਕਨਿਕਾਂ ਬਣਾਉਂਦੇ ਨੇ ਭੈਣ ਚੁੱਧ ਹੱਸਦੇ ਨੇ ਖੇਡਦੇ ਨੇ ਫਿਰ ਉਹ ਵੀਡੀਓ ਨੂੰ ਪਬਲਿਕ ਕਰਦੇ ਨੇ ਲੋਕਾਂ ਨੇ ਗੱਲਾਂ ਕਰਨੀਆਂ ਨੇ ਯਾਰ ਹੁਣ ਇਹ ਨਾ ਕਿਉਂ ਵੀ ਜੇ ਮੈਂ ਇਸ ਦਾ ਕੋਈ ਨਹੀਂ ਤਤ ਹੈ ਹੁਣ ਮੈਂ ਗਾਲਾਂ ਕੱਢਦਾ ਵਾਂ ਮੈਂ ਤੁਹਾਨੂੰ ਕੀ ਸਫਾਈ ਦਵਾਂ ਕਿ ਰੋਸਟਿੰਗ 'ਚ ਗਾਲਾਂ ਹੁੰਦੀਆਂ ਨੇ ਪਈ ਗਾਲ ਸਾਡੇ ਸਬਜ਼ੀਚਾਰ ਦਾ ਹਿੱਸਾ ਨੇ ਮੈਂ ਤੁਹਾਨੂੰ ਇਹ ਸਫਾਈ ਦੇ ਸਕਦਾ ਵਾਂ ਪਈ ਗਾਲਾਂ ਮੈਂ ਕੱਢਦਾ ਸਬਜ਼ੀਚਾਰ ਦੇ ਹਿੱਸਾ ਨੇ ਹਰ ਪੰਜਾਬੀ ਦੇ ਮੂੰਹ ਤੇ ਗਾਲਤ ਹੀ ਹੁੰਦੀ ਹੁੰਦੀ ਹੈ ਮੈਂ ਵੀ ਉਹ ਗੱਲਾਂ ਕਰ ਸਕਦਾ ਪਰ ਗਾਲ ਕੱਢਨੀ ਹੈ ਗਲਤ ਨਹੀਂ ਮੈਂ ਖੁਦ ਕੇ ਨਾ ਗਾਲਾਂ ਕੱਢਨੀ ਹੈ ਗਲਤ ਨਹੀਂ ਪਰ ਇੰਨਾ ਕੰਜਰਾਂ ਦਾ ਲਾਜ ਇਹੀ ਹੈ ਬੰਦੇ ਮਰਦੇ ਪਏ ਨੇ ਉਹ ਕਮਿਨੀ ਪਵਨ ਹੋਰੇ ਵੇਖੋ ਤੁਸੀਂ ਕਮਿਨੀ ਪਵਨ ਹੋਰੇ ਬੰਦੇ ਮਰਦੇ ਪਏ ਨੇ ਆਕਸੀਜਨਾਂ ਦੇ ਨਾਲ ਗੁਰੂਆਂ ਬਾਰੇ ਦੇ ਇਹਨ ਕੁੱਤਿਆਂ ਦਾ ਜਨਮ ਦਿਨ ਮਨਾਉਂਦੇ ਪੈਨੇ ਯਾਰ ਕੁੱਤਿਆਂ ਦਾ ਕੁੱਤੇ ਦੀ ਭੈਣ ਨੂੰ ਤੇਰੀ ਨੂੰ ਇੱਧਰ ਆ ਤੇਰੀ ਤੇਰੀ ਤੇ ਮੈਂ ਕੱਢਾਂ ਤੇਰੀਆਂ ਅੰਦਰਾਂ ਤੇਰੀਆਂ ਤੇ ਮਾਰ ਦਰਾ ਕੱਢਾਂ ਸਾਲਿਆ ਪੱਲਾ ਤੇਰੀਆਂ ਤਾਂ ਅੰਦਰਾਂ ਕੱਢਾਂ ਸਾਲਿਆ ਕੁੱਤੇ ਦਾ ਜਨਮ ਦਿਨ ਕੋਣ ਮਨਾਉਂਦਾ ਹੀ ਆ ਕੁੱਤਾ ਰੱਖਣਾ ਘਰ ਠੀਕ ਹੈ ਜਾਨਵਰਾਂ ਨੂੰ ਪਿਆਰ ਕਰੋ ਪਰ ਯਾਰ ਪਿਆਰ ਜਿੱਥੇ ਤੂੰ ਸਾਲਿਆ ਉਹਨਾਂ ਦਾ ਕੁੱਤੇ ਦੇ ਕੇਕ ਤੇ ਪੈਸੇ ਲਾਏ ਨੇ ਕਿਸੇ ਗਰੀਬ ਨੂੰ ਦੇ ਦੇ ਯਾਰ ਕਿਸੇ ਗਰੀਬ ਦੇ ਮੂੰਹ 'ਚ ਕੋਈ ਭਾਂਜ ਦੇ ਇੱਕ ਇੱਕ ਵਕਤ ਦੀ ਰੋਟੀ ਪੈ ਜਾਏਗੀ ਤੋਡੇ ਵਾਸਤੇ ਤੇ ਵੀਡੀਓ ਚ 5 ਮਿੰਟ ਚ ਤੁਸੀਂ ਕੇਕ ਖਤਮ ਕਰਦੇ ਨਾ 3-400 ਦਾ ਕੇਕ ਤੇ ਆਇਆ ਹੋਣਾ 500 ਦਾ ਆਇਆ ਹੋਣਾ ਇਹ ਗਰੀਬ ਦੀ ਦਿਹਾੜੀ ਪੂਰੀ ਹੁੰਦੀ ਕਿਹਦੀ ਹਰਾਮ ਦੇ ਇਹ ਚੀਜ਼ਾਂ ਨੂੰ ਸੋਚਿਆ ਕਰੋ ਪਰ ਇਹਨਾਂ ਕੰਜਰਾਂ ਨੇ ਨਹੀਂ ਸੋchnਾ ਪਰ ਤੁਹਾਡਾ ਪਿਓ ਆ ਗਿਆ ਆ ਗਿਆ ਹਰਾਮ ਤੇ ਤੁਹਾਡਾ ਪਿਓ ਆ ਗਿਆ